ਤੁਸੀਂ ਇੱਕ ਯੰਗ ਏਜ ਦੇ ਵਿੱਚ ਉਸ ਕਦਮਾਂ ਵੱਲ ਤੁਰੇ ਹੋ ਜਿੱਥੇ ਕੌਮ ਨੂੰ ਜ਼ਰੂਰਤ ਹੈਗੀ ਹੈ ਕਦਮ ਡਕਮਗਾ ਰਹੇ ਆ ਸੰਤ ਸਮਾਜ ਦੇ ਕੋਟੇ ਵਿੱਚੋਂ ਤੁਸੀਂ ਆਏ ਹੋ ਕਿ ਤੁਸੀਂ ਉਹਨਾਂ ਨੂੰ ਹੀ ਛੱਡਤਾ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਬਾਦਲਦਲ ਦੇ ਨਾਲ ਤੁਰ ਕੇ ਇਹ ਤਰੀਕਾ ਠੀਕ ਆ ਉਹਨਾਂ ਨੇ ਉਹ ਅਪਣਾ ਲਿਆ ਸਾਨੂੰ ਠੀਕ ਨਹੀਂ ਲੱਗਿਆ ਹੈਗਾ ਤੇ ਅਸੀਂ ਆਪਣਾ ਇਹ ਅਪਣਾ ਲਿਆ ਤੁਹਾਨੂੰ ਅਫਸੋਸ ਹੈ ਕਿ ਤੁਸੀਂ ਧਾਮੀ ਸਾਹਿਬ ਨੂੰ ਵੋਟ ਨਹੀਂ ਪਾਈ ਧਾਮੀ ਸਾਹਿਬ ਦੇ ਵਿੱਚ ਸੌ ਚੰਗੀਆਂ ਆਈਆਂ ਨੇ ਪਰ ਇੱਕੋ ਗੱਲ ਹੈ ਕਿ ਉਹਨਾਂ ਦੇ ਪਿੱਛੇ ਜਿਹੜਾ ਬਾਦਲਦਲ ਖੜਿਆ ਤੁਸੀਂ ਵਾਰ-ਵਾਰ ਸਿਧਾਂਤ ਦੀ ਗੱਲ ਕਰਦੇ ਪਏ। ਇਹ ਸਿਧਾਂਤਕ ਫੈਸਲਾ ਸੀਗਾ ਵੀ ਮਜੀਠੀ ਜਗੀਰ ਕੌਰ ਦੇ ਨਾਲ ਤੋਂ। ਜਿਨ੍ਹਾਂ ਦੇ ਰਾਜ ਭਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਤੇ ਮੈਨੂੰ ਲੱਗਦਾ ਕਿ ਅਸੀਂ ਕਦੇ ਵੀ ਆਪਣੇ ਆਪ ਨੂੰ ਮਾਫ਼ ਨਹੀਂ ਕਰਾਂਗੇ ਜਿੱਦ ਦਿਨ ਸਾਡੇ ਤੇ ਠੱਪਾ ਲੱਗੂਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਵੋਟ ਪਾ ਰਹੇ ਹਾਂ। ਤੁਸੀਂ ਇੱਕ ਵਿਰੋਧੀ ਧਿਰ ਦੇ ਆਗੂ ਵਜੋਂ ਜਾਣੇ ਜਾਂਦੇ ਹੋ। ਟੋੜਾ ਸਭ ਦੇ ਨੇੜੇ ਰਹੇ ਹੋ ਤਾਂਰ ਕੇ ਵਿਰੋਧੀ ਆਵਾਜ਼ ਜ਼ਿਆਦਾ ਹੁੰਦੀ ਹੈ। ਰঞ্জੀਤ ਸਿੰਘ ਢੱਡਰੀਆਂ ਵਾਲਾ ਤੇ ਜਿਹੜਾ ਅਟੈਕ ਹੋਇਆ ਸੀਗਾ। ਉਹਦੇ ਬਾਰੇ ਕੋਈ ਟਿੱਪਣੀ ਕਰਨਾ ਚਾਹੁੰਦੇ ਹਾਂ। ਜਦੋਂ ਤੁਸੀਂ ਕਿਸੇ ਨੂੰ ਤੇ ਜਾਨਵਰਾਂ ਤੱਕ ਦੇ ਨਾਂ ਦੀ ਤੁਲਨਾ ਦੇ ਦੋ ਤੇ ਸੁਭਾਅਕ ਹੈ ਫਿਰ ਫਿਰ ਇਹਾ ਦੇ ਕੁਛ ਹੀ ਇਹ ਤਾਂ ਪਾਰਟ ਆਫ ਦੀ ਹਿਸਟਰੀ ਹੈ ਤੁਸੀਂ ਕੱਢੀਆਂ ਨਾਲ ਹਰ ਤੇ ਕੋਈ ਐਸ ਵੀ ਪਾਇਆ ਸੀ ਤੇ ਮੈਂ ਕਿਤੇ ਬੋਲਦਿਆਂ ਕੁਛ ਕਿਹਾ ਜੇ ਤਕਲੀਫ ਸੀ ਫਿਰ ਮੇਰਾ ਨਾਂ ਲੈ ਕੇ ਮੇਰੇ ਬਾਰੇ ਜੋ ਮਰਜ਼ੀ ਕਿਹਾ ਜਾ ਸਕਦਾ ਸੀ ਮੇਰੇ ਪਿਤਾ ਦਾ ਉੱਥੇ ਗੱਲ ਕਿਉਂ ਆ ਗਈ ਤੁਸੀਂ ਐਸਡੀਪੀਸੀ ਚੋਣਾਂ ਕਰਵਾਉਣ ਲਈ ਬੜੇ ਕਾਲੇ 11-11 ਸਾਲ ਤੋਂ ਤੁਸੀਂ ਬੈਠੇ ਹੋ ਫੋਨ ਦੇ ਲੋਡ ਕੀ ਹੈ ਬੈਠੇ ਰਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਕਦੇ ਇਹਨਾਂ ਦੇ ਮੂੰਹੋਂ ਇਹ ਗੱਲ ਸੁਣੀਏ ਵੀ ਇਹ ਦਖਲਦਾ ਜੀ ਇਹ ਦਖਲਦਾ ਜੀ ਵੀ ਚੋਣ ਨਾ ਕਰਾਉਣਾ ਉਹ ਕਹਿੰਦੇ ਸਾਡੇ ਕੋਲ ਤਾਂ ਸਾਰਾ ਕੁਝ ਹੈਗਾ ਨਾ ਅਸੀਂ ਕਿਉਂ ਕਹੀਏ ਚੋਣਾਂ ਕਰਵਾਉਂਦੇ ਅੱਜ ਪੂਰੀ ਕੌਮ ਕਹਿ ਰਹੀ ਹੈ ਵੀ ਚੋਣ ਹੋਣੀ ਚਾਹੀਦੀ ਹੈ ਇਹਦਾ ਮਤਲਬ ਫਿਰ ਇਹ ਹੈ ਵੀ ਤੁਹਾਡਾ ਕਬਜ਼ਾ ਕਰਾਈ ਰੱਖੇ ਭਾਜਪਾ ਉਹ ਤਾਂ ਹਿਸਟਰੀ ਬਣਾਉਂਦੇ ਆ ਨਾ ਉਹ ਕਹਿੰਦੇ ਜਿੰਨੀਆਂ ਚੋਣਾਂ ਤੁਸੀਂ ਲੜ ਕੇ ਦੇਖ ਲਈਆਂ ਉਹ ਤੁਹਾਡਾ ਹਸਰਤ ਕੀ ਹੋਇਆ ਇੱਕ ਹੋਰ ਦੇਖ ਲੈਣ ਲੜ ਕੇ ਚੈਲੰਜ ਕਰ ਰਹੇ ਆ ਇਹਨਾਂ ਮੈਂ ਜ਼ਰੂਰ ਕਹਾਂ ਲੜ ਕੇ ਦੇਖਣ ਜਾਸਤੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 뷰ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਅੱਜ ਸਾਡੇ ਨਾਲ ਉਹ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਨੇ ਐਸ்சிਪੀਸੀ ਦੀਆਂ ਜਦੋਂ ਇਲੈਕਸ਼ਨ ਹੋਈਆਂ ਸੀਗੀਆਂ ਉਹਨਾਂ ਵਿੱਚ ਜਿਹੜੇ ਨੌਜਵਾਨ ਚਿਹਰੇ ਆ ਉਹਨਾਂ ਵਿੱਚ ਉਹਨਾਂ ਦਾ ਨਾਮ ਸ਼ੁਮਾਰ ਹੈ ਤੇ ਲਗਾਤਾਰ ਦੂਜੀ ਵਾਰ ਅੰਤਰਿਕ ਕਮੇਟੀ ਵਿੱਚ ਉਹ ਸ਼ਾਮਲ ਹੋਏ ਆ ਵਿਰੋਧੀ ਆਵਾਜ਼ ਉਹ ਚੁੱਕਦੇ ਰਹਿੰਦੇ ਆ ਕਹਿੰਦੇ ਮਸਲੇ ਹੱਲ ਹੋਣੇ ਚਾਹੀਦੇ ਆ ਪੰਥਕ ਅਜੰਡੇ ਆ ਜਿਹੜੇ ਉਹਨਾਂ ਤੇ ਕੰਮ ਕਰਨਾ ਚਾਹੀਦਾ ਐਸ்சிਪੀਸੀ ਨੂੰ ਸਿੱਖ ਪ੍ਰਚਾਰਕ ਦੇ ਤੌਰ ਤੇ ਲੋਕ ਉਹਨਾਂ ਨੂੰ ਜਾਣਦੇ ਆ ਉਹਨਾਂ ਦੇ ਪਰਿਵਾਰ ਤੋਂ ਉਹਨਾਂ ਨੂੰ ਇਹ ਸਭ ਕੁਝ ਮਿਲਿਆ ਤੇ ਸਿੱਧਾ ਉਹਨਾਂ ਨਾਲ ਤੁਹਾਡਾ ਤਾਰਫ਼ ਕਰਾ ਰਿਹਾ ਗੁਰਪ੍ਰੀਤ ਸਿੰਘ ਰੰਦਾਵੇ ਵਾਲੇ ਕਮਾਂ ਜਾਂ ਗੁਰਪ੍ਰੀਤ ਸਿੰਘ ਰੰਦਾਵਾ ਕਮਾਂ ਰੰਦਾਵੇ ਵਾਲੇ ਕਹਿ ਸਕਦੇ ਹੋ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਖਾਲਸਾ ਜੀ ਗੁਰਪ੍ਰੀਤ ਸਿੰਘ ਜੀ ਠੀਕ ਸਵਾਲ ਇਹ ਹੈ ਕਿ ਤੁਸੀਂ ਇੱਕ ਯੰਗ ਏਜ ਦੇ ਵਿੱਚ ਉਸ ਕਦਮਾਂ ਵੱਲ ਤੁਰੇ ਹੋ ਜਿੱਥੇ ਕੌਮ ਨੂੰ ਜ਼ਰੂਰਤ ਹੈਗੀ ਕਦਮ ਟਕਮਗਾ ਰਹੇ ਆ ਜਾਂ ਚੱਲ ਰਹੇ ਆ ਨਹੀਂ ਗੁਰੂ ਸਾਹਿਬ ਦੀ ਬੜੀ ਕਿਰਪਾ ਜਿਸ ਦਿਨ ਤੋਂ ਤੁਰੇ ਆ ਚਾਹੇ ਉਹ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਵਿੱਚ ਮੇਰੇ ਪਿਤਾ ਜੀ ਨੇ ਮੈਨੂੰ ਇਹ ਸਿੱਖਿਆ ਦੇ ਕੇ ਤੁਰਿਆ ਤਾਂ ਮੈਂ ਉੱਥੇ ਵੀ ਬੜੇ ਡੇਢ ਨਿਸ਼ਚੇ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਸੇਵਾ ਕਰ ਰਿਹਾ ਜਦੋਂ ਤੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਸੰਤ ਸਮਾਜ ਦੇ ਥਰੂ ਮੈਨੂੰ ਇਹ ਮੌਕਾ ਮਿਲਿਆ ਤੇ ਉਸ ਤੋਂ ਮੈਂ ਬਤੌਰ ਸ਼ਰੋਣੀ ਕਮੇਟੀ ਮੈਂਬਰ ਜਿੱਥੇ-ਜਿੱਥੇ ਵੀ ਮੈਨੂੰ ਇਹ ਲੱਗਿਆ ਧਰਮ ਪ੍ਰਚਾਰ ਦੇ ਨਾਲ-ਨਾਲ ਪੰਥ ਦੀ ਜਿਹੜੀ ਗੱਲ ਕਰਨ ਦਾ ਤੋਂ ਮੈਂ ਕੀਤੀ ਆ ਭਾਵੇਂ 2015 ਤੱਕ ਅਸੀਂ ਜਦੋਂ ਸੰਤ ਸਮਾਦ ਦੀ ਬਾਦਲਦਲ ਦੇ ਨਾਲ ਨੇੜਤਾ ਵੀ ਸੀ ਉਸ ਵਕਤ ਵੀ ਜਦੋਂ 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 ਵੀ ਚਾਹੇ ਪੰਥ ਜਿਹੜੀਆਂ ਗੱਲਾਂ ਨੂੰ ਚੰਗਾ ਨਹੀਂ ਸੀ ਮੰਨਦਾ ਮੈਂ ਕਰਦਾਨਿਆ ਜੇ ਪੰਥਕ ਮੁੱਦਿਆਂ ਦੀ ਗੱਲ ਆਈ ਭਾਈ ਗੁਰਬਖਸ਼ ਸਿੰਘ ਆਮ ਸਾਹਿਬ ਬੈਠਾ ਬੰਦੀ ਸਿੰਘਾਂ ਦੀ ਜਿਹੜੀ ਹੈ ਰਿਹਾਈ ਨੂੰ ਲੈ ਕੇ ਸੋ ਇੱਕੋ ਇੱਕ ਸ਼੍ਰੋਮਣੀ ਕਮੇਟੀ ਵਿੱਚੋਂ ਇਸ ਭਾਗ ਸੀ ਮੇਰਾ ਕਿ ਮੈਂ ਉੱਥੇ ਉਹਨਾਂ ਦੇ ਨਾਲ ਵੀ ਜਾ ਕੇ ਪੈਂਦ ਰਿਹਾ ਜਿਵੇਂ ਕਹਾਂ ਕਿ ਸੰਤ ਸਮਾਜ ਦੇ ਕੋਟੇ ਵਿੱਚੋਂ ਤੁਸੀਂ ਆਏ ਹੋ ਤੇ ਤੁਸੀਂ ਉਹਨਾਂ ਨੂੰ ਹੀ ਛੱਡਤਾ ਨਹੀਂ ਹਮ ਗੱਲ ਇਹ ਆ ਕਿ ਛੱਡਣ ਦੀ ਗੱਲ ਨਹੀਂ ਸੰਤ ਸਮਾਜ ਅੱਜ ਵੀ ਜਿਹੜਾ ਹੈ ਉਹ ਖੜਿਆ ਆਪਣੇ ਸਟੈਂਡ ਤੇ ਖੜਿਆ ਹੈ ਗੱਲ ਕਿਸੇ ਨੂੰ ਛੱਡਣ ਜਾਂ ਰੱਖਣ ਦੀ ਨਹੀਂ ਹੁੰਦੀ ਗੱਲ ਸਿਧਾਂਤਾਂ ਦੀ ਹੁੰਦੀ ਹੈ ਜਿੱਥੇ ਤੁਹਾਨੂੰ ਲੱਗੇ ਕਿ ਇੱਥੇ ਹੁਣ ਤੁਸੀਂ ਨਹੀਂ ਚੱਲ ਸਕਦੇ ਭਾਵੇਂ ਕੋਈ ਵੀ ਹੋ ਤੇ ਗੁਰੂ ਸਾਹਿਬ ਨੇ ਤਾਂ ਬਲਕਿ ਅਸੀਂ ਤਾਂ ਗੁਰੂ ਸਾਹਿਬ ਦੀ ਪੈਰ ਦੀ ਜੁੱਤੀ ਵਰਗੇ ਵੀ ਨਹੀਂ ਇਹ ਵੀ ਸਾਨੂੰ ਸਿੱਖਿਆ ਦਿੱਤੀ ਹੈ ਕਿ ਜੇ ਪਰਿਵਾਰ ਤੋਂ ਵੀ ਲਾਂਬੇ ਹੋਣਾ ਪਵੇ ਤਾਂ ਹੋ ਜਾਣਾ ਚਾਹੀਦਾ ਜੇ ਜਿੱਥੇ ਜਾ ਕੇ ਤੁਹਾਡੇ ਆਤਮ ਸਨਮਾਨ ਦੀ ਤੁਹਾਨੂੰ ਗੱਲ ਲੱਗੇ ਕਿ ਇਸ ਤਰੀਕੇ ਦੇ ਨਾਲ ਇਸ ਸਮਾਜ ਦੇ ਵਿੱਚ ਚੱਲਣਾ ਹੁਣ ਮੇਰੇ ਲਈ ਜਿਹੜਾ ਉਹ ਠੀਕ ਨਹੀਂ ਤੁਸੀਂ ਅ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਉਹਨਾਂ ਨੇ ਸਿਧਾਂਤ ਛੱਡ ਤੇ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਉਹਨਾਂ ਨੂੰ ਆਪਣੇ ਤੌਰ ਤਰੀਕਾ ਲੱਗਦਾ ਹੋਊਗਾ ਦੇਖੋ ਸਿਧਾਂਤ ਦੀ ਗੱਲ ਨਹੀਂ ਗੱਲ ਵਿਚਰਨ ਦੇ ਤੌਰ ਤਰੀਕੇ ਦੀ ਸੀ ਸ਼ਾਇਦ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਬਾਦਲ ਦਲ ਦੇ ਨਾਲ ਤੁਰ ਕੇ ਇਹ ਤਰੀਕਾ ਠੀਕ ਆ ਉਹਨਾਂ ਨੇ ਉਹ ਅਪਣਾ ਲਿਆ ਸਾਨੂੰ ਠੀਕ ਲੱਗਿਆ ਕਿ ਇਹ ਸਾਡੇ ਲਈ ਸਾਨੂੰ ਠੀਕ ਨਹੀਂ ਲੱਗਿਆ ਹੈਗਾ ਤੇ ਅਸੀਂ ਆਪਣਾ ਇਹ ਅਪਣਾ ਲਿਆ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਸਿਧਾਂਤ ਛੱਡ ਦਿੱਤੇ ਕਿਉਂਕਿ ਸਿਧਾਂਤ ਜਿਹੜੇ ਨੇ ਉਹ ਦਸਮ ਪਾਤਸ਼ਾਹ ਨੇ ਸਾਨੂੰ ਦਿੱਤੇ ਨੇ ਤੇ ਜਿਹੜਾ ਬੰਦਾ ਸਿਧਾਂਤਾਂ ਦੀ ਗੱਲ ਕਰਦਾ ਤੇ ਉਹ ਵੀ ਕਰਦੀ ਹੋਣਗੇ ਪੰਥਕ ਅਕਾਲੀ ਲਹਿਰ ਕੀ ਕਰੋ ਜੈ ਹਦਾ ਰਣਜੀਤ ਸਿੰਘ ਹਰੀ ਕੀ ਕਰਨਗੇ ਉਹ ਦੇਖੋ ਪਿਛਲੇ 5 ਸਾਲ ਤੋਂ ਬੜੀ ਦ੍ਰਿੜ ਵਿਸ਼ਵਾਸ ਦੇ ਨਾਲ ਇੱਕ ਮੂਵਮੈਂਟ ਲੈ ਕੇ ਪਿੰਡ-ਪਿੰਡ ਜਾ ਰਹੇ ਨੇ ਸਿੱਖਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਦੇਖੋ ਸਾਡੀ ਜਿਹੜੀ ਪੂਰਨ ਆਜ਼ਾਦੀ ਹੈ ਉਹ ਜਿੰਨੀ ਦੇਰ ਤੱਕ ਸ੍ਰੀ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਜਿਹੜੀ ਹੈ ਉਹ ਚੰਗੇ ਗੁਰਸਿੱਖਾਂ ਦੇ ਹੱਥ ਵਿੱਚ ਨਹੀਂ ਆਉਂਦੀ ਕਿਉਂਕਿ ਬਹੁਤ ਕੁਝ ਕਰਨ ਵਾਲਾ ਹੈ ਸਾਡੀ ਕੌਮ ਦਾ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਜਿਹੜੀ ਕਿ ਅਸੀਂ ਬਦਕਿਸਮਤੀ ਨਾਲ ਕਹਿ ਰਹੇ ਹਾਂ ਕਿ ਉਹ ਨਹੀਂ ਹੋ ਰਿਹਾ ਸਾਡੇ ਤੋਂ ਸਿਧਾਂਤਕ ਖੜੋਤ ਵੀ ਆਈ ਹੈ ਸਿਧਾਂਤਕ ਜਿਹੜੀਆਂ ਗੱਲਾਂ ਨੇ ਵੱਡੇ ਵੱਡੇ ਪ੍ਰਸ਼ਨ ਜਿਹੜੇ ਨੇ ਉਹ ਵੀ ਸਾਡੇ ਸਾਹਮਣੇ ਖੜੇ ਨੇ ਤੇ ਜਿਹੜਾ ਬਹੁਤ ਕੁਝ ਸੀਗਾ ਜਿਸ ਤਰ੍ਹਾਂ ਹੁਣ ਦੇਖੋ ਧਰਮ ਪਰਵਤਨ ਦੀ ਗੱਲ ਜਿਹੜੀ ਚੱਲ ਰਹੀ ਆ ਤੋਂ ਕਿਤੇ ਨਾ ਕਿਤੇ ਅਸੀਂ ਜਿਹੜਾ ਗਰੀਬ ਸਿੱਖਾਂ ਦੇ ਲਈ ਜੋ ਕੁਝ ਸਾਨੂੰ ਕਰਨਾ ਚਾਹੀਦਾ ਸੀਗਾ ਉਹ ਅਸੀਂ ਉਹ ਕਰਨ ਦੇ ਵਿੱਚ ਜਿਹੜਾ ਸਾਡਾ ਨਕਾਮੀ ਚੱਲ ਰਹੀ ਹੈ ਤੁਸੀਂ ਵਾਰ-ਵਾਰ ਸਿਧਾਂਤ ਦੀ ਗੱਲ ਕਰਦੇ ਪਿਓ ਇਹ ਸਿਧਾਂਤਕ ਫੈਸਲਾ ਸੀਗਾ ਬੀਬੀ ਜਗੀਰ ਕੌਰ ਦੇ ਨਾਲ ਤੁਰਨਾ ਅ ਦੇਖੋ ਜਦੋਂ ਤੁਸੀਂ ਇਹ ਮਜਬੂਰੀ ਬਦਲਾ ਫੈਸਲਾ ਨਹੀਂ ਇਹਦੇ ਵਿੱਚ ਦੇਖੋ ਇੱਕ ਲੜਾਈ ਆ ਅੱਜ ਅਸੀਂ ਇਹ ਕਹਿ ਰਹੇ ਹਾਂ ਕਿ ਜਿਨ੍ਹਾਂ ਦੇ ਰਾਜ ਭਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਜਿਨ੍ਹਾਂ ਦੇ ਰਾਜ ਭਾਗ ਦੇ ਵਿੱਚ ਸਿੱਖਾਂ ਦੇ ਉੱਤੇ ਬੈਠਿਆਂ ਤੇ ਗੋਲੀਆਂ ਮਾਰ ਕੇ ਬਿਛਾੜਾ ਮਾਰ ਕੇ ਜਿਹੜਾ ਸਿੱਖ ਜਿਹੜੇ ਨੇ ਉੱਥੇ ਮਾਰ ਦਿੱਤੇ ਗਏ ਡੇਰੇ ਵਾਲੇ ਨੂੰ ਕਹਿ ਕੇ ਜਿਹੜੀ ਹੈ ਮਾਫੀ ਜਿਹੜੀ ਆ ਦਵਾ ਦਿੱਤੀ ਗਈ ਤੇ ਮੈਨੂੰ ਲੱਗਦਾ ਕਿ ਅਸੀਂ ਕਦੇ ਵੀ ਆਪਣੇ ਆਪ ਨੂੰ ਮਾਫ ਨਹੀਂ ਕਰਾਂਗੇ ਜਿੱਦ ਦਿਨ ਸਾਡੇ ਤੇ ਇਹ ਠੱਪਾ ਲੱਗੂਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਵੋਟ ਪਾ ਰਹੇ ਹਾਂ ਕੱਲ ਬੀਬੀ ਜਗੀਰ ਕਰਦੇ ਨਹੀਂ ਸਾਡੀ ਜਿਨ੍ਹਾਂ ਦੇ ਖਿਲਾਫ ਅਸੀਂ ਲੜਾਈ ਲੈ ਕੇ ਖੜੇ ਹਾਂ ਅਸੀਂ ਆਪਣੇ ਉਸ ਸਿਧਾਂਤ ਦੇ ਉੱਤੇ ਜਿਹੜਾ ਮਜ਼ਬੂਤ ਤੌਰ ਤੇ ਖੜੇ ਹਾਂ ਕੋਈ ਵੀ ਹੋਵੇ ਚਾਹ ਉਹਦੇ ਉਹਦੇ ਬੈਕ ਚ ਕੋਈ ਵੀ ਹੋਵੇ ਤੁਸੀਂ ਉਹਦੇ ਨਾਲ ਖੜਜੋਗੇ ਨਹੀਂ ਜਿਹੜਾ ਬਾਦਲਾਂ ਵਿਰੋਧ ਕਰੂਗਾ ਦੇਖੋ ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚ ਗਲਤ ਹੈ ਇਹ ਆ ਕਿ ਦੇਖੋ ਜੋ ਕੁਝ ਵੀ ਜੇ ਆਪਾਂ ਇਹ ਗੱਲ ਕਹੀ ਹੈ ਕਿ ਬੀਬੀ ਜਗੀਰ ਕੌਰ ਵੀ ਉਹਨਾਂ ਦੇ ਇੱਕ ਚਿਹਰੇ ਵਜੋਂ ਦੇ ਵਿੱਚ ਅੱਗੇ ਰਹੇ ਨੇ ਪਰ ਕਰਵਾਉਂਦੇ ਤਾਂ ਸਾਰਾ ਕੁਝ ਉਹੀ ਰਹੇ ਨੇ ਜਿਹਹ ਜਥੇਦਾਰ ਗੁਰਚੰਦ ਸਿੰਘ ਟੋੜਾ ਹਰਾ ਨੂੰ ਜਿਹੜਾ ਲਾਇਆ ਗਿਆ ਸ਼੍ਰੋਮਣੀ ਕਮੇਟੀ ਤੋਂ ਭਾਈ ਰਣਜੀਤ ਸਿੰਘ ਨੂੰ ਲਾਇਆ ਗਿਆ ਤਾਂ ਬੀਬੀ ਜਗੀਰ ਕੌਰ ਦੀ ਕੱਲੀ ਦੀ ਤਾਂ ਕੋਈ ਜ਼ਰੂਰਤ ਨਹੀਂ ਸੀਗੀ ਕਿ ਉਹ ਐਡਾ ਵੱਡਾ ਜਿਹੜਾ ਕੰਮ ਕਰ ਦਿੰਦੀ ਜਿਉ ਉਹਨਾਂ ਤੋਂ ਕਰਵਾਇਆ ਗਿਆ ਅੱਜ ਉਹ ਖੁਦ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਮੈਂ ਆਪਣੀ ਗਲਤੀ ਮਹਿਸੂਸ ਕਰ ਰਹੀ ਹਾਂ ਤੇ ਜੇ ਕੋਈ ਇਨਸਾਨ ਗਲਤੀ ਮੰਨ ਕੇ ਇੱਕ ਹੈ ਕਿ ਕਿ ਮੈਂ ਮੈਂ ਗਲਤ ਸੀਗਾ ਹੁਣ ਮੈਂ ਆਪਣੇ ਆਪ ਨੂੰ ਸੁਧਾਰਨ ਲਈ ਜਿਹੜਾ ਇੱਥੇ ਖੜ ਗਿਆ ਤੇ ਫਿਰ ਇਹਦੇ ਵਿੱਚ ਇਤਰਾਜ਼ ਵੀ ਕੋਈ ਨਹੀਂ ਹੈਗਾ ਤੁਸੀਂ ਇੱਕ ਵਿਰੋਧੀ ਧਿਰ ਦੇ ਆਗੂ ਵਜੋਂ ਜਾਣੇ ਜਾਂਦੇ ਹੋ ਬਹੁਤ ਵਿਰੋਧ ਕਰਦੇ ਹੋ ਤੁਸੀਂ ਬੈਠਕਾਂ ਵਿੱਚ ਵੀ ਜਦੋਂ ਬੈਠਕਾਂ ਵਿੱਚ ਵਿਰੋਧ ਕਰਦੇ ਹੋ ਤੁਹਾਨੂੰ ਜਿਹੜੀ ਚੀਜ਼ ਹੈ ਤੁਸੀਂ ਆਵਾਜ਼ ਉਠਾਉਂਦੇ ਹੋ ਤੁਹਾਨੂੰ ਉਹ ਚੀਜ਼ ਦਾ ਪੋਜ਼ਿਟਿਵ ਰਿਜ਼ਲਟ ਮਿਲਦਾ ਜਾਂ ਨਹੀਂ ਮਿਲਦਾ ਅ ਦੇਖੋ ਕੇਪੀ ਜੀ ਮੈਂ ਇਹ ਮਹਿਸੂਸ ਕਰਦਾ ਕਿ ਸਿੱਖਾਂ ਦੇ ਵਿੱਚ ਵਿਰੋਧੀ ਨਹੀਂ ਹੁੰਦਾ ਹੂੰ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਇਹ ਠੀਕ ਆ ਕਿ ਇੱਕ ਹੁਣ ਮੀਡੀਆ ਦੀ ਇਹ ਭਾਸ਼ਾ ਔਰ ਚਾਹੀਦੀ ਵੀ ਅਜੇ ਹੁਣ ਮੀਡੀਆ ਇਹ ਭਾਸ਼ਾ ਨਹੀਂ ਵਰਤੂਗਾ ਤੇ ਫਿਰ ਸਾਡੀ ਪਛਾਣ ਸਾਡੀ ਆਇਡੈਂਟੀ ਜਿਹੜੀ ਹੈ ਉਹ ਨਹੀਂ ਰਹੂਗੀ ਤਾਂ ਅਸੀਂ ਇਹ ਸਮਝਦੇ ਆ ਕਿ ਬਿਲਕੁਲ ਮੀਡੀਆ ਆਪਣੀ ਭਾਸ਼ਾ ਵਿੱਚ ਹੈ ਕਿ ਪਰ ਅਸੀਂ ਸਾਨੂੰ ਨਹੀਂ ਇਹ ਕਹਿਣਾ ਚਾਹੀਦਾ ਕਿ ਅਸੀਂ ਖੁਦ ਵਿਰੋਧੀਆਂ ਅਸੀਂ ਦੇਖੋ ਇੱਕ ਸਾਲ ਮੈਂ ਜਿਹੜਾ ਪਿਛਲਾ ਲਾਇਆ ਤੇ ਹੁਣ ਅਗਲੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਜਿੰਨੀ ਗੱਲ ਮੈਂ ਜਿਹੜੀ ਉੱਥੇ ਚੱਕੀ ਹੈ ਕਿਤੇ ਨਾ ਕਿਤੇ ਜੇ 100 ਗੱਲਾਂ ਚੱਕੀਆਂ ਨੇ ਤੇ 60 ਜਿਹੜੇ ਨੇ ਮਸਲੇ ਹੱਲ ਹੋਏ ਨੇ ਤੇ 40% ਜਿਹੜੇ ਨਹੀਂ ਹੋਏ ਉਹ ਮੈਂ ਮਹਿਸੂਸ ਕਰਦਾ ਕਿ ਉਹ ਗੱਲ ਜਿਹੜੀ ਲੜਾਈ ਜਹੇਦਾਰ ਭਾਈ ਰਣਜੀਤ ਸਿੰਘ ਦੀ ਲੜ ਰਹੇ ਨੇ ਗਰਾਊਂਡ ਦੇ ਉੱਤੇ ਵਜਾ ਉਹੀ ਆ ਤੁਸੀਂ ਵੇਟ ਵੀ ਨਹੀਂ ਕੀਤੀ ਪਹਿਲੀ ਬੈਠਕ ਹੁੰਦੀ ਹੈ ਜਾ ਕੇ ਮੈਂਬਰ ਨੂੰ ਦੇਤਾ ਤੁਸੀਂ ਨਹੀਂ ਉਹਦੇ ਵਿੱਚ ਅਸੀਂ ਬੜੀ ਉਦਾਰਤਾ ਵਾਲੀ ਗੱਲ ਕੀਤੀ ਆ ਅਸੀਂ ਦੇਖੋ ਹੁਣ ਕਿਉਂਕਿ ਮੈਂ ਤਾਂ ਪੁਰਾਣੀ ਐਗਜ਼ੈਕਟਿਵ ਦੇ ਵਿੱਚ ਧਾਮੀ ਸਾਹਿਬ ਬੈਠੇ ਨੇ ਤੇ ਮੈਂ ਬੈਠਾ ਹਾਂ ਬਾਕੀ ਤਾਂ ਮੇਰਾ ਖਲ तकरीबन ਇੱਕ ਅੱਧਾ ਮੈਂਬਰ ਹੋਰ ਆ ਪੁਰਾਣੇ ਤਾਂ ਅਸੀਂ ਆ ਨਾ ਸੋ ਇਸ ਲਈ ਜਿਹੜੀਆਂ ਗੱਲਾਂ ਮੈਂ ਕਰਦਾ ਰਿਹਾ ਉਹ ਵੀ ਜਾਣਦੇ ਨੇ ਐਸੇ ਕਰਕੇ ਅਸੀਂ ਲਿਖਤ ਰੂਪ ਦੇ ਵਿੱਚ ਸਾਈਨ ਕਰਕੇ ਉਹਨਾਂ ਨੂੰ ਆਫਿਸ ਦੇ ਵਿੱਚ ਖੜ ਕੇ ਦੇ ਦਿੱਤਾ ਜਦੋਂ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਮੈਂ ਸਿਰਫ ਇਹੀ ਬੇਨਤੀ ਕੀਤੀ ਆ ਕਿ ਧਾਮੀ ਸਾਹਿਬ ਜੋ ਕੁਝ ਅਸੀਂ ਸਾਡੀਆਂ ਕੌਮ ਦੀਆਂ ਡਿਮਾਂਡਸ ਨੇ ਉਹ ਤੁਹਾਨੂੰ ਅਸੀਂ ਦੇ ਦਿੱਤੀਆਂ ਪਹਿਲੀ ਮੀਟਿੰਗ ਆ ਅਸੀਂ ਹੁਣ ਨਹੀਂ ਚਾਹੁੰਦੇ ਕਿ ਇੱਥੇ ਅਸੀਂ ਗੱਲ ਕਰੀਏ ਤੁਸੀਂ ਪੜ ਲਿਓ ਅਗਲੀ ਮੀਟਿੰਗ ਤੋਂ ਅਸੀਂ ਉਹਦੇ ਬਾਰੇ ਜਿਹੜੀ ਆ ਗੱਲ ਸ਼ੁਰੂ ਕਰਾਂਗੇ ਤੋਂ ਅਸੀਂ ਤਾਂ ਉਹਦੇ ਵਿੱਚ ਪੋਜ਼ਿਟਿਵ ਰੂਪ ਦੇ ਵਿੱਚ ਕਿ ਜਿਸ ਤਰ੍ਹਾਂ ਮੀਟਿੰਗ ਸ਼ੁਰੂ ਹੋਈ ਹੈ ਅਰਦਾਸ ਕਰਕੇ ਤੇ ਉਸੇ ਮਾਹੌਲ ਦੇ ਵਿੱਚ ਇਹ ਪਹਿਲੀ ਮੀਟਿੰਗ ਜਿਹੜੀ ਹੈ ਕਿਉਂਕਿ ਕੁਦਰਤੀ ਗੱਲ ਹੈ ਜੇ ਤੁਸੀਂ ਪਹਿਲਾਂ ਹੀ ਜਿਹੜਾ ਮਾਹੌਲ ਜਿਹੜਾ ਸਿਰਜਦੇ ਹੋ ਫਿਰ ਕਈ ਵਾਰੀ ਉਹ ਕੰਟੀਨਿਊ ਜਿਹੜਾ ਹੈਗਾ ਉਸੇ ਤਰ੍ਹਾਂ ਕਰਦਾ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀਗਾ ਦੇਖੋ ਕਈ ਗੱਲਾਂ ਮੈਂ ਮੈਨੂੰ ਕੋਈ ਭੁੱਖ ਨਹੀਂ ਸੀ ਪਿਛਲੀ ਵਾਰ ਵੀ ਐਗਜ਼ੈਕਟਿਵ ਦੇ ਵਿੱਚ ਜਾਣ ਦੀ ਇਸ ਵਾਰ ਮੈਨੂੰ ਸਾਡੇ ਮੈਂਬਰਾਂ ਨੇ ਭੇਜਿਆ ਪਿਛਲੀ ਵਾਰ ਮੈਂ ਚਾਹੁੰਦਾ ਸੀ ਆਪਕੋ ਕਿਉਂਕਿ ਮੈਂ ਸਿੱਖਣਾ ਚਾਹੁੰਦਾ ਸੀ ਦੇਖੋ ਮੈਨੂੰ ਇੰਨੇ ਸਾਲਾਂ ਦੇ ਵਿੱਚ ਤਾਂ ਜਰਨਲ ਹਾਊਸ ਦੀ ਸਮਝ ਆਈ ਹੈ ਕਿ ਕਿਸ ਤਰ੍ਹਾਂ ਉੱਥੇ ਕੈਂਡੀਡੇਟ ਅਨਾਉਂਸ ਹੁੰਦੇ ਨੇ ਕਿਸ ਤਰ੍ਹਾਂ ਤਾਇਦ ਹੁੰਦੀ ਹੈ ਕਿਸ ਤਰ੍ਹਾਂ ਮਜ਼ੀਦ ਹੁੰਦੀ ਹੈ ਕਿਹੜੇ ਟਾਈਮ ਦੇ ਉੱਤੇ ਕਿਹੜਾ ਅਨਾਉਂਸ ਕਰਨਾ ਉਹ ਹੁਣ ਪੂਰੀ ਸਮਝ ਆਈ ਹੈ ਕਿ ਮੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੀ ਐਸਜੀਪੀਸੀ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਹੈ ਏਜੰਡੇ ਕਿਵੇਂ ਆਉਂਦੇ ਨੇ ਤੇ ਉਹ ਏਜੰਡਿਆਂ ਦੇ ਉੱਤੇ ਦੇਖੋ ਸਾਨੂੰ ਇਹ ਲੱਗਦਾ ਹੁੰਦਾ ਸੀ ਪਹਿਲਾਂ ਕਿ ਸ਼ਾਇਦ ਜਿਹੜੇ ਏਜੰਡੇ ਨਾਲ ਤੁਸੀਂ ਸਹਿਮਤ ਨਹੀਂ ਉਹ ਉੱਠ ਕੇ ਬਾਹਰ ਚੱਲ ਜਿਓ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਹੜੇ ਮਤੇ ਤੇ ਤੁਸੀਂ ਸਹਿਮਤ ਨਹੀਂ ਹੈਗੇ ਤਾਂ ਉਹਦੇ ਤੇ ਤੁਸੀਂ ਆਪਣਾ ਨੋਟ ਨੋਟ ਜਿਹੜਾ ਉਹ ਦੇ ਦਿਓ ਤੇ ਤੁਸੀਂ ਨੋਟ ਦੇ ਦਿੱਤਾ ਤਾਂ ਜਦੋਂ ਮਤਾ ਛਪੂਗਾ ਉੱਥੇ ਜੇ 14 ਮੈਂਬਰ ਉਹ ਉਹਨੂੰ ਪਾਸ ਕਰ ਰਹੇ ਨੇ ਤਾਂ ਉਹਦੇ ਤੇ ਜੋ ਕੁਝ ਮੈਂ ਲਿਖ ਕੇ ਭੇਜੂਗਾ ਮੇਰਾ ਲਿਖਿਆ ਕੱਟ ਨਹੀਂ ਸਕਦੇ ਉਹ ਮਤੇ ਦੇ ਉੱਤੇ ਜਿਹੜਾ ਲਿਖਣਾ ਪਊਗਾ ਫੇਰ ਮੈਨੂੰ ਪਤਾ ਲੱਗਾ ਕਿ ਜਿਹੜਾ ਵਿਰੋਧ ਦੇ ਵਿੱਚ ਕਰਕੇ ਉਹਦੀ ਵੈਲਿਊ ਕਿੱਡੀ ਆ ਕਿ ਉਹ 14 ਨੇ ਤਾਂ ਸੈਨ ਉਹੀ ਕਰਨਾ ਜੋ ਕੁਝ ਉਹਨਾਂ ਦੇ ਆਗੂ ਨੇ ਕਹਿ ਦਿੱਤਾ। ਤੋਂ ਇਸ ਲਈ ਵਾਕਈ ਉਹਦੇ ਵਿੱਚ ਜਿਹੜਾ ਬੰਦਾ ਅ ਬਰੋਸ ਕਰਨ ਵਾਲਾ ਹੈ ਜਾਂ ਸਿਧਾਂਤ ਦੀ ਗੱਲ ਕਰਨ ਵਾਲਾ ਜਿਹੜਾ ਉਹ ਉਹਦੀ ਵੈਲਿਊ ਜਿਹੜੀ ਹੈਗੀ ਹੈ ਮੈਨੂੰ ਇਹ ਮਹਿਸੂਸ ਹੋਇਆ। ਤੋਂ ਇਸ ਬਾਰੇ ਆ ਕਿ ਮੇਰੇ ਨਾਲ ਦੋ ਜਣੇ ਹੋਰ ਨੇ। ਤੋਂ ਅਸੀਂ ਤਿੰਨ ਜਣੇ। ਪਹਿਲੀ ਬੈਠਕ ਦੀ ਤੁਸੀਂ ਗੱਲ ਕੀਤੀ ਮੈਂ ਪਹਿਲੀ ਬ੍ਰੇਕ ਲੈ ਲਾਂ। ਜੀ। ਇੱਕ ਛੋਟਾ ਵਕਫਾ ਵਕਤ ਤੋਂ ਬਾਅਦ ਵਾਪਸ ਆਮਾਂਕੇ ਗੁਰਪ੍ਰੀਤ ਸਿੰਘ ਹਰ ਕੋਲ ਬਹੁਤ ਸਵਾਲ ਹੋਣਗੇ। ਇਹਨਾਂ ਤੋਂ ਇਹ ਸਵਾਲ ਵੀ ਹੋਵੇਗਾ ਜੇ ਨੌਜਵਾਨਾਂ ਦੀ ਆਵਾਜ਼ ਬਣ ਕੇ ਉੱਥੇ ਕਹੇ ਆ। ਕੀ ਨੌਜਵਾਨਾਂ ਦੀ ਆਵਾਜ਼ ਉੱਥੇ ਸੁਣੀ ਜਾਂਦੀ ਹੈ ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਗੁਰਪ੍ਰੀਤ ਸਿੰਘ ਜੀ ਤੁਸੀਂ ਆਪਣੇ ਪਰਿਵਾਰ ਬਾਰੇ ਕੁਝ ਦੱਸਣਾ ਚਾਹੋਗੇ ਮੇਰੇ ਪਿਤਾ ਜੀ ਬਾਬਾ ਹਰੀ ਸਿੰਘ ਜੀ ਰੰਡਾਵੇ ਵਾਲੇ ਜਿਨ੍ਹਾਂ ਨੇ ਲਗਭਗ 50 ਸਾਲ ਆਪਣੀ ਉਮਰ ਦਾ ਹਿੱਸਾ ਜਿਹੜਾ ਕੌਮ ਦੀ ਸੇਵਾ ਦੇ ਵਿੱਚ ਲਾਇਆ ਤੇ ਆਪ ਵਿਦਿਆ ਪੜ੍ਹੀ ਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਇਆ ਉਹਨਾਂ ਦੇ ਪੜਾਏ ਹੋਏ ਵਿਦਿਆਰਥੀ ਸਿੱਖ ਕੌਮ ਦੇ ਬੜੇ ਵੱਡੇ-ਵੱਡੇ ਕਾਬਲ ਪ੍ਰਚਾਰਕ ਬਣੇ ਸ਼੍ਰੋਮਣੀ ਕਮੇਟੀ ਦੇ ਵਿੱਚ ਤਖਸ ਸਹਿਬਾਨਾਂ ਤੇ ਹੈੱਡ ਗ੍ਰੰਥੀ ਸਾਹਿਬ ਬਣੇ ਔਰ ਬਹੁਤ سارے ਸਿੱਖ ਪ੍ਰਚਾਰਕ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਤੇ ਉਸ ਤੋਂ ਇਲਾਵਾ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਸੰਪੂਰਨ ਸਟਿੱਕ ਜਿਹੜਾ ਉਹ ਲਿਖਿਆ ਭਾਈ ਗੁਰਦਾਸ ਦੀਆਂ 12 ਦਾ ਸਟਿੱਕ ਕੀਤਾ ਤੇ ਜਿਹੜੇ ਸਾਡੇ ਸੰਪਰਦਾਇ ਜਿਹੜਾ ਕਥਾਵਾਚਕ ਬਣ ਲਈ ਤਿਆਰ ਕਰ ਲਈ ਜਿਹੜੇ ਨਾਲ ਗ੍ਰੰਥ ਪੜਾਏ ਜਾਂਦੇ ਨੇ ਇਹ ਵਿਦਾਨ ਤੱਕ ਜਿਹੜਾ ਹੈਗਾ ਤੇ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਮਿਹਨਤ ਕਰਕੇ ਸੂਰਜ ਪ੍ਰਕਾਸ਼ ਦੇ ਵਿੱਚ ਇੱਕ ਪੰਜਵੀਂ ਰੋਤ ਆਉਂਦੀ ਹੈ ਕਿ ਜਿਹਨੂੰ ਹਰ ਕੋਈ ਕਥਾਵਾਚਕ ਜਿਹੜਾ ਉਹਦੀ ਕਥਾ ਨਹੀਂ ਕਰਦਾ ਛੱਡ ਜਾਂਦੇ ਨੇ ਤੇ ਉਹਦੀ ਵੀ ਉਹ ਸਟਰੀਕ ਜਿਹੜਾ ਉਹ ਲਿਖ ਰਹੇ ਨੇ ਸੋ ਇਸ ਤਰ੍ਹਾਂ ਉਹਨਾਂ ਨੇ ਫਿਰ ਇੱਕ ਕਲਗੀਤਰ ਅਕੈਡਮੀ ਸਕੂਲ ਚਲਾਇਆ ਜਿੱਥੇ ਜਿੱਥੇ ਬੱਚਿਆਂ ਨੂੰ ਦੂਸਰੀ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਉਹਦੇ ਧਰਮ ਦਾ ਜਿਹੜੀ ਵਿੱਦਿਆ ਦਾ ਪ੍ਰਸਾਰ ਲਈ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਸਾਡੀ ਕੋਸ਼ਿਸ਼ ਹੈ ਕਿ ਉੱਥੇ ਬੱਚਿਆਂ ਨੂੰ ਥੋੜੀ-ਥੋੜੀ ਥੋੜੀ-ਥੋੜੀ ਨਾਲ ਇੱਕ ਧਰਮ ਦਾ ਸਬਜੈਕਟ ਤੇ ਧਰਮ ਦੇ ਟੀਚਰ ਰੱਖੇ ਹੋਏ ਨੇ ਸੋ ਉਹਨਾਂ ਨੇ ਮਤਲਬ ਜਿਹੜਾ ਪੰਥਕ ਸਫਾਂ ਦੇ ਵਿੱਚ ਚਾਹੇ ਟੋੜਾ ਸਾਹਿਬ ਦੇ ਨਾਲ ਜੇਲ੍ਹ ਦੇ ਵਿੱਚ ਵੀ ਰਹੇ ਦਰਸਲ ਉਹਨਾਂ ਦੀ ਸ਼ੁਰੂਆਤ ਹੀ ਇੱਥੋਂ ਹੋਈ ਕਿਉਂਕਿ ਜਦੋਂ ਧਰਮ ਜੁਧ ਮੋਰਚੇ ਦੇ ਵਿੱਚ ਉਹ ਜੇਲ੍ਹ ਚ ਜਾਂਦੇ ਨੇ ਤੋ ਉੱਥੇ ਟੋੜਾ ਸਾਹਿਬ ਸੀ ਤੇ ਉੱਥੇ ਉਹ ਕਥਾ ਕਰਦੇ ਸੀਗੇ ਤੇ ਟੋੜਾ ਸਾਹਿਬ ਉਦੋਂ ਬਾਅਦ ਭਾਸ਼ਣ ਕਰਦੇ ਸੀ ਤੇ ਟੋੜਾ ਸਾਹਿਬ ਨੂੰ ਲੱਗਿਆ ਕਿ ਹਾਂ ਤੋ ਇਹਦੇ ਵਿੱਚ ਜਹੇਦਾਰ ਗੁਰਚੰਦ ਸਿੰਘ ਟੋੜਾ ਦਾ ਵੀ ਕਾਫੀ ਵੱਡਾ ਰੋਲ ਜਿਹੜਾ ਅਸੀਂ ਸਮਝਦੇ ਆ ਕਿ ਇਹ ਸਾਡੇ ਵਾਸਤੇ ਉਹਨਾਂ ਨੇ ਪਲੇ ਕੀਤਾ ਮੈਨੂੰ ਲੱਗਦਾ ਤੁਹਾਨੂੰ ਇਸ ਲਾਈਨ ਦੇ ਵਿੱਚ ਮੈਨੂੰ ਲੱਗਦਾ ਤੁਹਾਨੂੰ ਉਹ ਸ਼ਬਦ ਮੇਰਾ ਜਿਆਦਾ ਪਸੰਦ ਨਹੀਂ ਆਇਆ ਸੀ ਵਿਰੋਧੀ ਧਿਰ ਵੱਲ ਇਹ ਟੋੜਾ ਸਾਹਿਬ ਦੇ ਨੇੜੇ ਰਹੇ ਹੋ ਤਾਂ ਆਰ ਕੇ ਵਿਰੋਧੀ ਆਵਾਜ਼ ਜ਼ਿਆਦਾ ਹੁੰਦੀ ਹੈ ਨਹੀਂ ਨਹੀਂ ਤੇ ਇਹ ਨਹੀਂ ਗੱਲ ਹੈਗੀ ਤੇ ਮੈਂ ਤਾਂ ਸਿਰਫ ਤੁਸੀਂ ਜਿਹੜਾ ਆਪਣੀ ਬੈਕਗ੍ਰਾਉਂਡ ਪੁੱਛੀ ਆ ਤਾਂ ਕਿਉਂਕਿ ਜਿਸ ਬੰਦੇ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਰੋਲ ਹੋਵੇ ਨਾ ਜੀ ਉਹ ਇਨਸਾਨ ਚੰਗਾ ਨਹੀਂ ਜੇ ਉੱਥੇ ਉਹਨੂੰ ਦਰਕਨਾਰ ਕਰਕੇ ਉਹ ਇਹ ਕਹਿ ਰਿਹਾ ਕਿ ਇਹ ਸਾਰਾ ਕੁਝ ਮੇਰੀ ਉਕਲਾ ਠੀਕ ਹੈ ਕਲਾ ਯੋਗਤਾ ਪ੍ਰਮਾਤਮਾ ਨੇ ਮੇਰੇ ਪਿਤਾ ਜੀ ਦੇ ਵਿੱਚ ਕੁਦਰਤੀ ਉਹਨਾਂ ਨੂੰ ਦਾਤ ਦਿੱਤੀ ਸੋ ਕਹਿਣ ਦਾ ਮਤਲਬ ਇਸ ਪ੍ਰਚਾਰ ਪ੍ਰਸਾਰ ਦੇ ਇਸ ਮਾਧਿਅਮ ਦੇ ਵਿੱਚ ਕਿਉਂਕਿ ਜੋਤੀਸ਼ ਰੂਪ ਸਾਹਿਬ ਉਹਨਾਂ ਨੇ ਦੀਵਾਨ ਸਜਾਉਣੇ ਸ਼ੁਰੂ ਕੀਤੇ ਤੇ ਜੋਤੀਸ਼ ਰੂਪ ਸਾਹਿਬ ਦੀ ਪਹਿਲੀ ਸਟੇਜ ਜਿਹੜੀ ਆ ਟੋੜਾ ਸਾਹਿਬ ਨੇ ਦਿੱਤੀ ਕਿ ਤੁਸੀਂ ਇੱਥੇ ਪ੍ਰਚਾਰ ਕਰੋ ਉਹ ਇਸ ਲਈ ਦਿੱਤੀ ਕਿਉਂਕਿ ਧਰਮ ਯੁੱਧ ਮੋਰਚੇ ਦੇ ਵਿੱਚ ਉੱਥੇ ਉਹਨਾਂ ਨੇ ਕਥਾ ਤੋਂ ਪ੍ਰਭਾਵਿਤ ਹੋਏ ਕਹਿਣ ਦਾ ਮਤਲਬ ਮੇਰਾ ਇਹ ਆ ਤੇ ਬਾਕੀ ਵਿਰੋਧੀ ਨਹੀਂ ਮੇਰਾ ਕਹਿਣ ਦਾ ਮਤਲਬ ਇੱਕ ਸਿਧਾਂਤਕ ਤੌਰ ਤੇ ਮੈਂ ਇਹ ਗੱਲ ਦੱਸੀ ਹੈ ਜਿਹੜਾ ਵਿਰੋਧੀ ਸ਼ਬਦ ਦੀ ਗੱਲ ਆ ਨਾ ਉਹ ਸਿਧਾਂਤਕ ਤੌਰ ਤੇ ਆ ਪਰ ਜਿਹੜੀ ਸੰਕੇਤਤ ਤੌਰ ਤੇ ਤਾਂ ਇਹੀ ਕਿਹਾ ਜਾਊਗਾ ਨਾ ਜੇ ਇਹ ਨਹੀਂ ਕਹੋਗੇ ਤਾਂ ਫਿਰ ਸਾਡੀ ਆਇਡੈਂਟੀਟੀ ਹੋ ਗਈ ਇੱਕ ਤੁਸੀਂ ਸੂਰਜ ਪ੍ਰਕਾਤ ਦਾ ਜ਼ਿਕਰ ਕੀਤਾ ਜੀ ਸੂਰਜ ਪ੍ਰਕਾਸ਼ ਅ ਪੂਰੀ ਕੌਮ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਪੰਥਕ ਸਫਾਂ ਦੇ ਵਿੱਚ ਪ੍ਰਵਾਨਿਤ ਸਰਵ ਪ੍ਰਵਾਨਿਤ ਜੀ ਬਿਲਕੁਲ ਪ੍ਰਵਾਨਿਤ ਹਰ ਗੁਰੂ ਘਰ ਦੇ ਵਿੱਚ ਕਥਾ ਹੁੰਦੀ ਹੈ ਸ਼੍ਰੋਮਣੀ ਕਮੇਟੀ ਦੀ ਜਿੱਥੇ ਗੁਰੂ ਘਰ ਨੇ ਸ਼ਾਮ ਨੂੰ ਤੁਸੀਂ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਓ ਕਥਾ ਹੁੰਦੀ ਹੈ ਸੰਪਰਦਾਵਾਂ ਦੇ ਵਿੱਚ ਵੀ ਹੁੰਦੀ ਹੈ ਚਾਹੇ ਮੈਸਰੀ ਕਾਲਜ ਨੇ ਸਾਰਿਆਂ ਦੇ ਵਿੱਚ ਪ੍ਰਮਾਨਿਤ ਦਸਮ ਗ੍ਰੰਥ ਵੀ ਪ੍ਰਵਾਨਿਤ ਹੈ ਬਿਲਕੁਲ ਪ੍ਰਵਾਨਿਤ ਜੇ ਜੇ ਦਸਮ ਗ੍ਰੰਥ ਦੀ ਗੱਲ ਆ ਤੇ ਜਿਹੜੀ ਖੰਡੇ ਬਾਟੇ ਦੀ ਅਮਰਦੀ ਪੋਲਾ ਤੇ ਉਹਦੇ ਵਿੱਚ ਤਿੰਨ ਬਾਣੀ ਦਸ਼ਮ ਦੀਆਂ ਨੇ ਉਹ ਕਿਵੇਂ ਪ੍ਰਬੰਧਤ ਨਹੀਂ ਹੋ ਸਕਦੀ ਤੁਸੀਂ ਅ ਟਕਸਾਲ ਦੇ ਬੜੇ ਨੇੜੇ ਰਹੇ ਹੋ ਅ ਦਸ਼ਮ ਗ੍ਰੰਥ ਦਪ ਛੋਕੜ ਦੱਸ ਸਕਦੇ ਮੈਂ ਦੇਖੋ ਦਸ਼ਮ ਗ੍ਰੰਥ ਸ਼੍ਰੀ ਮੁਖਵਾਕ ਬਾਣੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਆ ਤੇ ਜਦੋਂ ਅਸੀਂ ਹੁਣ ਦੇਖੋ ਜਪ ਸਾਹਿਬ ਦੀ ਬਾਣੀ ਪੜ੍ਹਦੇ ਆਂ ਸਵਈਆਂ ਦੀ ਬਾਣੀ ਪੜ੍ਹਦੇ ਆਂ ਸੋ ਇਹਦੇ ਤੇ ਤਾਂ ਕੋਈ ਸ਼ੰਕਾ ਹੀ ਨਹੀਂ ਹੈ ਕਿਸੇ ਤਰ੍ਹਾਂ ਦੀ ਤੇ ਫਿਰ ਇਹਦੇ ਤੇ ਸਵਾਲ ਕੋੜਦੇ ਇਹ ਇਹ ਸਾਡੀ ਬਦਕਿਸਮਤੀ ਹੈ ਜੀ ਗੱਲਾਂ ਇਹਦੇ ਤੇ ਨਹੀਂ ਉੱਠਦੇ ਬਹੁਤ ਸਾਰੇ ਮਸਲੇ ਨੇ ਇਹ ਇਹਨਾਂ ਗੱਲਾਂ ਨਹੀਂ ਸਾਨੂੰ ਕੌਮ ਨੂੰ ਜਿਹੜਾ ਹੈਗਾ ਮਤਲਬ ਕਿਤੇ ਨਾ ਕਿਤੇ ਸਾਨੂੰ ਉਲਝਾਇਆ ਹੋਇਆ ਜਿਹੜੇ ਜਿਹੜੇ ਇਹ ਇਹ ਇਸ ਤਰ੍ਹਾਂ ਦੇ ਮਸਲੇ ਅਸੀਂ ਫਿਰ ਵੀ ਇਹ ਦੇਖੋ ਅਸੀਂ ਜਿੰਨੀ ਦੇਰ ਤੱਕ ਇਹ ਕੌਮ ਇਕਮੁੱਟ ਨਹੀਂ ਹੁੰਦੀ ਅਕਾਲ ਤੱਕ ਸਾਡੇ ਜਥੇਦਾਰ ਦੀ ਹਸਤੀ ਆਜ਼ਾਦ ਨਹੀਂ ਹੁੰਦੀ ਅਸਲ ਦੇ ਵਿੱਚ ਪੂਰੀ ਕੌਮ ਨੂੰ ਉਦੋਂ ਇੱਕ ਸਮਾਂ ਆਊਗਾ ਕਿ ਉਹ ਸਮੇਂ ਦੇ ਵਿੱਚ ਸਾਰੀ ਕੌਮ ਇਕੱਠੀ ਹੋ ਕੇ ਇਹ ਮਸਲੇ ਜਿਹੜੇ ਨੇ ਉੱਥੇ ਬੈਠ ਕੇ ਸਲਝਾ ਲੈਣੇ ਚਾਹੀਦੇ ਨੇ ਇਹ ਸਵਾਲ ਸਾਨੂੰ ਨਹੀਂ ਕਰਨਾ ਚਾਹੀਦਾ ਨਹੀਂ ਸਵਾਲ ਕਰਨਾ ਚਾਹੀਦਾ ਮੈਂ ਸਵਾਲ ਦੀ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਇਹਦਾ ਅਨਸਰੇਬਲ ਮੈਂ ਇਹ ਦੱਸਦਾ ਕਿ ਇਹਦਾ ਹੱਲ ਜਿਹੜਾ ਉਹ ਹੱਲ ਮੈਂ ਕਿਤੇ ਜੇ ਸਮਝੋ ਵੀ ਕਿਤੇ ਟੀਵੀ ਡਿਬੇਟ ਤੇ ਬੈਠ ਕੇ ਮਤਲਬ ਮੈਂ ਉਹਦਾ ਇਕੱਲਾ ਹੱਲ ਹੀ ਨਾ ਕਰ ਸਕਦਾ ਹੱਲ ਹੱਲ ਹੋਣਾ ਪੂਰੀ ਕੌਮ ਦੀ ਉੱਥੇ ਸਮੁੱਚੀ ਏਕਤਾ ਦੇ ਨਾਲ ਕੌਣ ਕਰੂਗਾ ਕੌਮ ਕਰੂਗੀ ਜਿਵੇਂ ਪਹਿਲਾਂ ਕਰਦੇ ਰਹੇ ਨੇ ਕੌਮ ਚੇਕਤਾ ਕੌਣ ਲਿਆਊਗਾ ਕੌਮ ਕੁਦਰਤੀ ਆਊਗੀ ਜਿਵੇਂ ਪਹਿਲਾਂ ਆਉਂਦੀ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਜਦੋਂ ਸ਼ੁਰੂ ਹੋਇਆ ਉਦੋਂ ਉਸ ਤੋਂ ਬਾਅਦ ਜਿਵੇਂ ਕੌਮ ਦੇ ਵਿੱਚ ਏਕਤਾ ਆਈ ਹੈ ਉਸੇ ਤਰ੍ਹਾਂ ਹੋਣਾ ਹੋਊਗੀ ਹਾਲਾਤ ਹੁਣ ਵੀ ਉਸੇ ਪਾਸੇ ਨੇ ਅ ਜਦੋਂ ਇਹ ਸਾਰੀਆਂ ਗੱਲਾਂ ਬਾਤ ਹੁੰਦੀਆਂ ਤੇ ਉਦੋਂ ਰਣਜੀਤ ਸਿੰਘ ਢੱਡੀਆਂ ਵਾਲੇ ਦਾ ਜ਼ਿਕਰ ਹੁੰਦਾ ਉਦੋਂ ਦਮਦਮਿਤਕਸਾਲ ਦੇ ਮੁਖੀ ਦਾ ਜ਼ਿਕਰ ਹੁੰਦਾ ਤੇ ਉਦੋਂ ਗੁਰਪ੍ਰੀਤ ਸਿੰਘ ਰੰਦਾਵੇ ਵਾਲਾ ਦਾ ਵੀ ਜ਼ਿਕਰ ਹੁੰਦਾ ਤੁਸੀਂ ਇਹਨਾਂ ਦੇ ਨੇੜੇ ਰਹੇ ਹੋ ਹਾਂ ਮੈਂ ਦੇਖੋ ਦਮਦਮਿਤਕਸਾਲ ਦੇ ਬਾਬਾ ਹਰਨਾਮ ਸਿੰਘ ਦੇ ਤਾਂ ਨੋ ਡਾਊਟ ਮੈਂ ਬਹੁਤ ਨੇੜੇ ਰਹੇ ਹਾਂ ਹੂੰ ਮੈਨੂੰ ਮੈਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਲਿਆਉਣੇ ਵਾਲੇ ਉਹਨੇ ਮੈਨੂੰ ਇੱਧਰ ਤੋਰਨੇ ਵਾਲੇ ਉਹਨੇ ਜਿਹੜੀ ਸਚਾਈ ਆ ਉਹਦੇ ਵਿੱਚ ਕੋਈ ਦੂਰਾਪਨ ਦੂਰ ਹੋਣ ਦੀ ਵਜ੍ਹਾ ਦੱਸ ਸਕਦਾ ਕੋਈ ਦੂਰੀ ਨਹੀਂ ਹੈਗੀ ਇਹ ਪਰਿਵਾਰਾਂ ਦੇ ਵਿੱਚ ਥੋੜੇ-ਬੋਤੇ ਜਿਵੇਂ ਕਹਿ ਦਈਏ ਵੀ ਗਿਲੇ ਸ਼ਿਕਵੇ ਚੱਲਦੇ ਰਹਿੰਦੇ ਨੇ ਪਰ ਕੋਈ ਸਾਡੀ ਕੋਈ ਦੂਰੀ ਅਸਲ ਦੇ ਵਿੱਚ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਕਿਸੇ ਨਾਲ ਸਿਧਾਂਤਕ ਤੌਰ ਤੇ ਵਖਰੇਵਾ ਪੈ ਜਾਵੇ ਤੋ ਇਸ ਤਰ੍ਹਾਂ ਦੀ ਕੋਈ ਸਾਡੀ ਗੱਲ ਨਹੀਂ ਸੰਤ ਸਮਾਜ ਦੀ ਜੋ ਗੱਲ ਹੁੰਦੀ ਹੈ ਦਮਦ루 ਟਕਸਾਲ ਦੇ ਮੁਖੀ ਦੀ ਹੀ ਗੱਲ ਕੀਤੀ ਜਾਵੇ ਜਾਂ ਸੰਤ ਸਮਾਜ ਦੇ ਨਮਾਇंदे ਤੌਰ ਤੇ ਸਾਰਿਆਂ ਨੂੰ ਦੇਖਿਆ ਜਾਵੇ ਚਾਹੇ ਉਹ ਵਿਰੋਧੀ ਆਵਾਜ਼ਾ ਚਾ ਇਹ ਸਾਰਿਆਂ ਨੂੰ ਹੀ ਦੇਖਣਾ ਚਾਹੀਦਾ ਸਾਰਿਆਂ ਨੂੰ ਹੀ ਦੇਖਣਾ ਚਾਹੀਦਾ ਕਿਉਂਕਿ ਦੇਖੋ ਜਿਹੜਾ ਸੰਤ ਮਹਾਤਮਾ ਜਾਂ ਲਾਲੋ ਸੰਪਰਦਾਵਾ ਦਾ ਮੁਖੀ ਆ ਉਹਨਾਂ ਦਾ ਜਿਹੜਾ ਕੰਮ ਹੈ ਕੰਮ ਤਾਂ ਇਹੀ ਹੈ ਨਾ ਕਿ ਭੁੱਲੇ ਭਟਕੇ ਲੋਕਾਂ ਨੂੰ ਜਿਹੜਾ ਰਾਹ ਤੇ ਲਿਆਉਣਾ ਸੰਤ ਕਾ ਮਾਰਗ ਧਰਮ ਕੀ ਪੌੜੀ ਧਰਮ ਦੀ ਗੱਲ ਕਰਨੀ ਧਰਮ ਦੇ ਉੱਤੇ ਲੋਕਾਂ ਨੂੰ ਪੱਕੇ ਕਰਨਾ ਔਰ ਇਹ ਇਹ ਤੁਸੀਂ ਹਿਸਟਰੀ ਹੈ ਜੇ ਜਿੰਨਾ ਦੇਖੋ ਹੁਣ ਗੱਲ ਇਹ ਆ ਕਿ ਮੈਂ ਬਹੁਤੀ ਗੱਲ ਕਰੂੰਗਾ ਤਾਂ ਇਹ ਲੱਗੂਗਾ ਕਿ ਮੈਂ ਜਿਹੜਾ ਮੇਰੀ ਸੰਪਰਦਾਵਾਂ ਦੇ ਸਬੰਧ ਹੋਣ ਕਰਕੇ ਤੇ ਤੁਸੀਂ ਇਹ ਦੇਖੋ ਕਿ ਸੰਤ ਬਾਬਾ ਅਤਰ ਸਿੰਘ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਤੇ ਇਹ ਸੰਤ ਬਾਬਾ ਨਨ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਤੁਸੀਂ ਪਿਛਲੇ 60 70 ਸਾਲਾਂ ਦੇ ਵਿੱਚ ਇਹਨਾਂ ਨੂੰ ਮੰਨਫੀ ਕਰਕੇ ਦੇਖ ਲਓ ਅਸੀਂ ਮਾਲਵੇਚ ਰਹਿਣ ਵਾਲੇ ਆ ਇੱਥੇ ਤਾਂ ਲੋਕਾਂ ਨੂੰ ਖਾਣੇ ਦਾ ਨਹੀਂ ਸੀ ਪਤਾ ਹਾਂਜੀ ਲੋਕ ਲੋਕਾਂ ਨੂੰ ਪਹਿਰਾਵੇ ਦਾ ਨਹੀਂ ਸੀ ਪਤਾ ਇਹਨਾਂ ਇਹਨਾਂ ਸੰਤਾਂ ਮਹਾਤਮਾ ਨੇ ਘਰ ਘਰ ਜਾ ਕੇ ਪ੍ਰਚਾਰ ਕਰਕੇ ਲੋਕਾਂ ਦੀ ਜ਼ਿੰਦਗੀ ਸੁਧਾਰੀ ਹੈ ਲੋਕਾਂ ਦੇ ਖਾਣੇ ਸੁਧਾਰੇ ਨੇ ਤਾਂ ਫਿਰ ਜਿਹੜਾ ਬੜਾ ਵੱਡਾ ਦੇਖੋ ਜੇ ਹੁਣ ਅੱਜ ਗੁਰੂ ਘਰਾਂ ਦੀਆਂ ਬਿਲਡਿੰਗਾਂ ਦੀ ਗੱਲ ਲੰਗਰਾਂ ਦੀ ਗੱਲ ਜਿਹੜੀ ਹੈ ਠੀਕ ਆ ਕੋ ਵਿੱਚ ਜਿਹੜੇ ਨੇ ਹੋ ਸਕਦੇ ਨੇ ਜਿਨ੍ਹਾਂ ਜਿਨ੍ਹਾਂ ਦੇ ਕਾਰਨ ਅਸੀਂ ਸਾਰਿਆਂ ਨੂੰ ਜਿਹੜਾ ਬਦਨਾਮ ਨਹੀਂ ਕਰ ਸਕਦੇ ਸਾਰਿਆਂ ਨੂੰ ਇੱਕ ਪੱਖੇ ਇੱਕ ਤੇ ਧਰ ਕੇ ਤੋਲ ਨਹੀਂ ਸਕਦੇ ਅ ਰਣਜੀਤ ਸਿੰਘ ਢੜਰੀਆਂ ਵਾਲਾ ਤੇ ਜਿਹੜਾ ਅਟੈਕ ਹੋਇਆ ਸੀਗਾ ਉਹਦੇ ਬਾਰੇ ਕੋ ਟਿੱਪਣੀ ਕਰਨਾ ਚਾਹੁੰਦੇ ਹਾਂ ਨਹੀਂ ਦੇਖੋ ਇਹ ਉਦੀ ਵਜ੍ਹਾ ਜਿਹੜੀ ਐ ਉਸ ਤੋਂ ਪਹਿਲਾਂ ਚੱਲ ਜਾਓ ਜਦੋਂ ਤੁਸੀਂ ਕਿਸੇ ਨੂੰ ਮਤਲਬ ਇਹੋ ਜੀ ਭਾਸ਼ਾ ਦੇ ਵਿੱਚ ਪਬਲਿਕੀ ਮਤਲਬ ਜਿਹੜਾ ਹੈਗਾ ਤੇ ਜਾਨਵਰਾਂ ਤੱਕ ਦੇ ਨਾਂ ਦੀ ਤੁਲਨਾ ਦੇ ਦੋ ਤੇ ਸੁਭਾਅਕ ਹੈ ਫਿਰ ਫਿਰ ਇਹੋ ਜੇ ਕੁਛ ਹੀ ਇਹ ਤਾਂ ਪਾਰਟ ਆਫ ਦੀ ਹਿਸਟਰੀ ਐ ਤੇ ਜਸਟੀਫਾਈ ਕਰਦੇ ਹਾਂ ਉਸ ਅਟੈਕ ਨੂੰ ਨਹੀਂ ਮੈਂ ਜਸਟੀਫਾਈ ਨਹੀਂ ਕਰ ਰਿਹਾ ਕਿ ਤੁਸੀਂ ਜੋ ਉਹ ਬੋਲੇ ਉਹਨੂੰ ਜਸਟੀਫਾਈ ਕੀਤਾ ਜਾ ਸਕਦਾ ਜੋ ਭਾਸ਼ਾ ਵਰਤੀ ਗਈ ਜੋ ਇੱਕ ਦੇਖੋ ਇੱਕ ਸੰਪਰਦਾ ਦਾ ਆਗੂ ਆ ਤੇ ਉਹਨੂੰ ਤੁਸੀਂ ਮਤਲਬ ਜਿਹੜਾ ਹੈਗਾ ਜਾਨਵਰਾਂ ਦੇ ਨਾਲ ਤੁਲਨਾ ਕਰੋ ਤੇ ਇਹਨੂੰ ਜਸਟੀਫਾਈ ਕੌਣ ਕਰੂਗਾ ਮੈਂ ਅਟੈਕ ਨੂੰ ਜਸਟੀਫਾਈ ਨਹੀਂ ਕਰਦਾ ਪਰ ਇਹ ਵੀ ਜਸਟੀਫਾਈ ਕੀਤੀ ਜਾ ਸਕਦੀ ਤੁਸੀਂ ਢੱਡਰੀਆਂ ਵਾਲ ਹਰ ਤੇ ਕੋਈ ਕੇਸ ਵੀ ਪਾਇਆ ਸੀ ਹਾਂ ਪਾਇਆ ਸੀ ਅਜੇ ਵੀ ਹਜੇ ਵੀ ਅੰਡਰ ਪ੍ਰੋਸੈਸ ਹੈ ਕੀ ਮੁੱਦਾ ਸੀ ਦੱਸ ਸਕਦੇ ਹੋ ਮਸਲਾ ਇਹ ਸੀ ਕਿ ਉਹਨਾਂ ਨੇ ਬੜੀ ਜਿਹੜੀ ਹੈ ਨੀਵੇਂ ਪੱਧਰ ਦੀ ਭਾਸ਼ਾ ਦੇ ਵਿੱਚ ਮੇਰਾ ਨਾਮ ਲੈ ਕੇ ਮੇਰੇ ਪਿਤਾ ਜੀ ਦਾ ਨਾਮ ਲੈ ਕੇ ਔਰ ਇਹੋ ਜੇ ਸ਼ਬਦ ਵਰਤੇ ਜਿਹੜੇ ਮੈਂ ਕਹਿੰਦਾ ਵੀ ਅਸੀਂ ਕਿਤੇ ਕਿਸੇ ਦੇ ਸਾਹਮਣੇ ਵੈਸੀ ਵੀ ਅਸੀਂ ਸਾਡਾ ਕਿਸੇ ਨਾਲ ਮਾਨਸ ਮਨਮਟਾਵ ਹੋਵੇ ਅਸੀਂ ਤਾਂ ਵੀ ਨਹੀਂ ਵਰਤਦੇ ਹੈਗੇ ਤੇ ਜੇ ਜੇ ਕੋਈ ਤਕਲੀਫ ਸੀ ਬਲਕਿ ਉਹਨਾਂ ਨੇ ਕੋਡ ਕੀਤਾ ਸੀ ਮੇਰੇ ਬੋਲਣ ਨੂੰ ਵੀ ਮੈਂ ਕਿਤੇ ਬੋਲਦਿਆਂ ਕੁਝ ਕਿਹਾ ਤੇ ਜੇ ਤਕਲੀਫ ਸੀ ਫਿਰ ਮੇਰਾ ਨਾਮ ਲੈ ਕੇ ਮੇਰੇ ਬਾਰੇ ਜੋ ਮਰਜ਼ੀ ਕਿਹਾ ਜਾ ਸਕਦਾ ਸੀ ਮੇਰੇ ਪਿਤਾ ਦਾ ਉੱਥੇ ਗੱਲ ਕਿਉਂ ਆ ਗਈ ਤਾਂ ਮੈਂ ਕਹਿੰਦਾ ਲੱਖ ਲਾਂ ਤੇ ਇਹ ਜੇ ਇਹ ਜੇ ਇਸ ਬੱਚੇ ਦੇ ਤੇ ਜਿਹੜਾ ਬੰਦਾ ਬੱਚਾ ਆਪਣੇ ਬਾਪ ਦੀ ਇੱਜ਼ਤ ਕੋਈ ਿਸ਼ਾਲੇ ਤੇ ਅਸੀਂ ਬਰਦਾਸ਼ਤ ਕਰ ਲਈਏ ਫਿਰ ਫਿਰ ਬਕਰੇਵੇਂ ਦੂਰ ਕਿਵੇਂ ਹੋਣਗੇ ਬਕਰੇਵੇਂ ਦਖਰੂਬ ਹੋਣਗੇ ਜੀ ਆਪਣੀ ਜ਼ੁਬਾਨ ਜਿਹੜੀ ਉਹ ਸਾਨੂੰ ਸੰਭਾਲ ਕੇ ਰੱਖਣੀ ਚਾਹੀਦੀ ਹੈ ਤੁਸੀਂ ਮੈਂ ਅੱਜ ਤੱਕ ਤੁਸੀਂ ਮੀਡੀਆ ਦੇ ਵਿੱਚੋਂ ਮੈਨੂੰ ਜਾਣਦੇ ਹੋ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂ ਵਿਰੋਧੀ ਧਿਰ ਦੇ ਵਿੱਚੋਂ ਆ ਰਿਹਾ ਹਾਂ ਗੱਲ ਕਰਦਾ ਪਰ ਮੇਰੀ ਹਮੇਸ਼ਾ ਹੀ ਮੈਨੂੰ ਜਦੋਂ ਵੀ ਕੋਈ ਗੱਲ ਕਰਦਾ ਮੈਂ ਕਦੇ ਕਿਸੇ ਦਾ ਵਿਅਕਤੀਗਤ ਨਾਂ ਨਹੀਂ ਲੈਂਦਾ ਮੈਂ ਮੁੱਦਿਆਂ ਦੀ ਗੱਲ ਕਰਦਾ ਮਸਲਿਆਂ ਦੀ ਗੱਲ ਕਰਦਾ ਮਸਲੇ ਹੱਲ ਵੀ ਹੁੰਦੇ ਨੇ ਜਦੋਂ ਅਸੀਂ ਕਿਸੇ ਤੇ ਜਾਤੀ ਰੂਪ ਦੇ ਵਿੱਚ ਜਾਵਾਂਗੇ ਤਾਂ ਫਿਰ ਇਹ ਇਹ ਤਾਂ ਜਾਂ ਉਹ ਦੱਸ ਦੇਵੇ ਕਿ ਮੈਂ ਕਦੇ ਉਹਦਾ ਨਾਮ ਲੈ ਕੇ ਕੋਈ ਕਿਹਾ ਹੁੰਦਾ ਜੇ ਜੇ ਮੇਰੇ ਬੋਲਣ ਤੇ ਕੋਈ ਗੱਲ ਸੀ ਕਿ ਤਾਂ ਉਹਦੀ ਟਿੱਪਣੀ ਉਸ ਤਰੀਕੇ ਵੀ ਕੀਤੀ ਜਾ ਸਕਦੀ ਹੈ ਜ਼ਰੂਰੀ ਥੋੜੀ ਕਿ ਮੰਦਾ ਬੋਲ ਕੇ ਹੋ ਸਕਦੀ ਹੈ ਕਿ ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਗੁਰਪ੍ਰੀਤ ਸਿੰਘ ਹਰਾਂ ਕੋਲ ਬਹੁਤ ਸਵਾਲ ਅਸੀਂ ਲੈਣੇ ਆ ਕਿਉਂਕਿ ਇਹ ਸਵਾਲ ਇਸਰਕੇ ਲੈਣੇ ਬੰਦੇ ਕਿਉਂਕਿ ਜੇ ਇਹ ਨੌਜਵਾਨਾਂ ਦੀ ਆਵਾਜ਼ ਬਣ ਕੇ ਉੱਥੇ ਗਏ ਆ ਤਾਂ ਨੌਜਵਾਨ ਇਹਨਾਂ ਨੂੰ ਕਿਸ ਤਰੀਕੇ ਦੇਖ ਰਹੇ ਆ ਜਿਹੜਾ ਹੁਣ ਤੱਕਰ ਕੰਮ ਹੋਇਆ ਐ ਏਸੀਪੀਸੀ ਦਾ ਬਹੁਤ ਲੰਬਾ ਚੋੜਾ ਇਤਿਹਾਸ ਹੈ ਤੇ ਉਸ ਇਤਿਹਾਸ ਨੂੰ ਅੱਜ ਦੇ ਇਸ ਦੌਰ ਵਿੱਚ ਕਿਸ ਤਰੀਕੇ ਰੱਖਿਆ ਜਾ ਰਿਹਾ ਤੇ ਕਿਹੜੇ ਮਸਲੇ ਜਿਹੜੇ ਉਹ ਲਟਕਦੇ ਪਿਆ ਜਿੰਨਾ ਕਰਕੇ ਗੁਰਪ੍ਰੀਤ ਸਿੰਘ ਉੱਥੇ ਆਵਾਜ਼ ਵੀ ਚੁੱਕਦੇ ਆ ਵਾਪਸ ਆ ਰਹੇ ਇੱਕ ਹੋਰ ਫੇਟੜਾ ਸਵਾਲ ਕਰਦੇ ਆਂ ਮੈਂ ਉਹ ਤੁਹਾਡਾ ਜਿਹੜਾ ਸਾਰਾ ਮੰਗ ਪੱਤਰ ਆ ਜਾਂ ਉਸ ਤੋਂ ਪਹਿਲਾਂ ਵੀ ਤੁਹਾਡੀਆਂ ਮੈਂ ਟਿੱਪਣੀਆਂ ਦੇਖਦਾ ਪੜਦਾ ਰਿਹਾ ਤੁਸੀਂ ਬਹੁਤ ਸਾਰੇ ਮਸਲੇ ਚੁੱਕਦੇ ਹੋ ਅ ਮਸਲੇ ਜਿਹੜੇ ਆ ਉਹ ਹੱਲ ਹੋਣ ਵੱਲ ਕਦੋਂ ਅ ਅੱਗੇ ਵਧਿਆ ਜਾਊਗਾ ਕਿਉਂਕਿ ਜੋ ਤੁਸੀਂ ਬੰਦੀ ਸਿੰਘਾਂ ਦੀ ਵੀ ਗੱਲ ਕਰਦੇ ਹੋ ਤੁਸੀਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਵੀ ਗੱਲ ਕਰਦੇ ਹੋ ਤੁਸੀਂ ਜਿਹੜੇ ਸਰੂਪਾਂ ਦੀ ਵੀ ਗੱਲ ਕਰਦੇ ਆ ਅ ਤੁਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਵੀ ਗੱਲ ਕਰਦੇ ਹੋ ਐਸਜੀਪੀਸੀ ਦੇ ਉੱਤੇ ਜੋ ਤਿੱਕਰ ਸਿਆਸੀ ਗਲਬਾ ਰਹੂਗਾ ਤੁਸੀਂ ਇਹ ਵੀ ਗੱਲ ਕਰਦੇ ਹੋ ਉਹ ਤਿੱਕਰੇ ਮਸਲੇ ਹੱਲ ਨਹੀਂ ਹੋਣਗੇ ਫਿਰ ਇਹ ਮਸਲੇ ਕਦੋਂ ਤੱਕ ਚੁੱਕੇ ਜਾਣਗੇ ਕਿਉਂਕਿ ਨੌਜਵਾਨ ਤੁਹਾਨੂੰ ਦੇਖਦੇ ਸੁਣਦੇ ਬਹੁਤ ਹੈ ਦੇਖੋ ਬਹੁਤੀ ਗੱਲਾਂ ਨਾਲੋਂ ਮੈਂ ਇੱਕ ਗੱਲ ਜੀ ਤੁਹਾਨੂੰ ਇਹ ਗੱਲ ਕੋਡ ਕਰ ਦਿੰਦਾ ਇੱਕ ਪਾਸੇ ਸਿਆਸੀ ਗਲਬਾ ਜਿੰਨੀ ਤੱਕ ਰਹੂਗਾ ਇਹ ਮਸਲੇ ਹੱਲ ਨਹੀਂ ਹੋਣਗੇ ਅਸੀਂ ਕਹਿੰਦੇ ਹਾਂ ਤੁਹਾਡਾ ਸਵਾਲ ਆ ਔਰ ਮੈਂ ਇਹਨੂੰ ਜਸਟੀਫਾਈ ਕਰਦਾ ਬਿਲਕੁਲ ਇੱਕ ਗੁਰਬਾਣੀ ਨੂੰ ਪ੍ਰਸਾਰਨ ਨੂੰ ਲੈ ਕੇ ਮਸਲਾ ਚੱਲ ਰਿਹਾ ਹੈ ਮੈਂ ਕਿਸੇ ਚੈਨਲ ਦਾ ਨਾਂ ਨਹੀਂ ਲੈਂਦਾ ਮੈਂ ਕਿਸੇ ਚੈਨਲ ਦਾ ਵਿਰੋਧੀ ਨਹੀਂ ਮੈਂ ਕਹਿੰਦਾ ਕਿ ਜੁਗ-ਜੁਗ ਜੀ ਕੇ 24 ਘੰਟੇ ਪ੍ਰਸਾਰਣ ਕਰੇ ਪਰ ਉਹਦੇ ਤੇ ਇੱਕ ਚੈਨਲ ਦੀ ਮਲਕੀਤੀ ਕਿਉਂ ਹੋਵੇ ਕਿ ਉਹ ਹੋਰ ਕਿਸੇ ਨੂੰ ਪ੍ਰਸਾਰਣ ਕਰਨ ਕਿਉਂ ਨਾ ਦੇ ਅੱਜ ਸਾਡੀ ਸਾਨੂੰ ਲੋਕੀ ਉਹ ਮਜ਼ਾਕ ਕਰਦੇ ਨੇ ਜਿਨ੍ਹਾਂ ਦਾ ਗੁਰੂ ਘਰ ਨਾਲ ਕੋਈ 바ਬ ਨਹੀਂ ਜਿਹੜੇ ਆਪ ਵੀ ਕੋਈ ਗੁਰਸਿੱਖੀ ਦੇ ਵਿੱਚ ਪੂਰੇ ਨਹੀਂ ਉਹ ਕਹਿੰਦੇ ਨੇ ਕਿ ਹਰਿਮੰਦਰ ਸਾਹਿਬ ਦੇ ਵਿੱਚ ਲੰਗਰ ਫ੍ਰੀ ਮਿਲਦਾ ਤੇ ਉਥੋਂ ਜੇ ਗੁਰਬਾਣੀ ਸੁਣਨੀ ਆ ਤਾਂ ਉਹ ਤੁਹਾਨੂੰ ਮੁੱਲ ਲੈਣ ਲਈ ਸੁਣਨ ਲਈ ਕੋਈ ਨਾ ਕੋਈ ਕਿਸੇ ਰੂਪ ਦੇ ਵਿੱਚ ਕਿਤੇ ਵੀ ਜਾ ਕੇ ਪੇ ਕਰਨਾ ਪੈਂਦਾ ਉਹ ਚੈਨਲ ਨੂੰ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਠੀਕ ਹੈ ਜੀ ਹੁਣ ਇਹ ਇਹ ਸਪਸ਼ਟ ਹੈ ਕਿ ਜੇ ਇਹ ਚੈਨਲ ਦੇ ਪਿੱਛੇ ਸਿਆਸੀ ਗਲਬੇ ਦਾ ਨਾਂ ਜੁੜਿਆ ਹੋਇਆ ਹੈ ਤਾਂ ਇਸੇ ਤਰ੍ਹਾਂ ਇਹ ਮਸਲੇ ਨੇ ਹੁਣ ਕਿਉਂ ਨਹੀਂ ਹੋ ਰਿਹਾ ਇਹ ਸਪਸ਼ਟ ਹੈ ਐਡੀ ਕੀ ਈਗੋ ਆ ਆਡਾ ਕੀ ਇਹਦੇ ਵਿੱਚ ਮਸਲਾ ਹੈਗਾ ਕਿ ਉਹ ਅਸੀਂ ਇਹ ਥੋੜੀ ਕਹਿੰਦੇ ਆ ਵੀ ਉਹਨੂੰ ਚੱਕ ਦਿਓ ਅਸੀਂ ਕਹਿੰਦੇ ਇਹ ਵੀ ਦਿਖਾਵੇ ਪਰ ਹੋਰਾਂ ਨੂੰ ਵੀ ਪ੍ਰਸਾਰਣ ਕਰਨ ਦੇ ਅਧਿਕਾਰ ਦਿਓ ਕੋਈ ਮਰਜ਼ਾਦਾ ਦੀ ਗੱਲ ਆ ਕਿ ਪ੍ਰਸਾਰਣ ਕਰਨ ਵੇਲੇ ਇਸ ਕਿਸਮ ਦੀ ਐਡ ਨਹੀਂ ਹੋਣੀ ਚਾਹੀਦੀ ਉਹਦੀ ਸ਼ਰਤਾਂ ਲਾ ਦਿਓ ਉਹਦਾ ਲਿੰਕ ਸ਼੍ਰੋਮਣੀ ਕਮੇਟੀ ਓਪਨ ਕਰ ਦਿਵੇ ਤੁਸੀਂ ਆਪਣਾ ਕ੍ਰਾਈਟੇਰੀਆ ਬਣਾ ਲਓ ਇਹ ਇਹ ਜਿਹੜੇ ਚੀਜ਼ਾਂ ਨੇ ਹੁਣ ਦੱਸੋ ਇਹ ਜੇ ਕੋਈ ਇਹਨੂੰ ਵੀ ਕਹੇ ਵੀ ਇਹ ਰੋਪ ਲਾਉਂਦੇ ਨੇ ਬਦਨਾਮ ਕਰਦੇ ਨੇ ਹੁਣ ਬਦਨਾਮੀ ਤਾਂ ਸਸਤਾ ਜੀ ਇਸ ਗੱਲ 'ਚ ਹੋ ਰਹੀ ਹੈ ਨਾ ਕਿ ਉੱਥੋਂ ਗੁਰਬਾਣੀ ਪ੍ਰਸਾਰ ਕਰ ਲਈ ਹਰ ਕੋਈ ਚੈਨਲ ਅੱਜ ਟਰਾਈ ਕਰਦਾ ਵੀ ਸਾਨੂੰ ਮਿਲੇ। ਇਸੇ ਤਰ੍ਹਾਂ ਜਿਹੜੇ ਹੁਣ ਸਿੱਖ ਲਾਇਬ੍ਰੇਰੀ ਰੈਫਰੈਂਸ ਦਾ ਮਸਲਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਨੇ ਚੱਕਿਆ 328 ਰੁਪਿਆਂ ਦਾ ਮਸਲਾ ਇਹਦੇ ਨਾਲ ਨਾਲ ਇੱਕ ਸੀਏ ਸੀਗਾ ਜਿਹੜੇ ਹੁਣ ਤੁਸੀਂ ਇਹ ਦੇਖੋ ਚੈਨਲ ਬਾਰੇ ਇਹਨਾਂ ਵੱਲੋਂ ਹੀ ਨਿਯੁਕਤ ਕੀਤੇ ਹੋਏ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹਨਾਂ ਨੂੰ ਕਿਹਾ ਚਲੋ ਬਹੁਤ ਸਾਰਿਆਂ ਨੇ ਕਿਹਾ ਜੀ ਸੰਦੇਸ਼ ਦਿੱਤਾ ਇਹਨਾਂ ਨੇ ਕਿਹਾ ਨਹੀਂ ਜੀ ਸਾਨੂੰ ਸਲਾਹ ਦਿੱਤੀ ਕਿ ਤੁਸੀਂ ਆਪਣੇ ਲਾਏ ਹੋਏ ਜਥੇਦਾਰ ਦੀ ਹੀ ਸਲਾਹ ਨਹੀਂ ਮੰਨਦੇ ਬਲਕਿ ਉਹਨਾਂ ਨੇ ਤਾਂ ਤੁਹਾਨੂੰ ਇੱਕ ਟਾਈਮ ਬਾਉਂਡ ਵੀ ਕੀਤਾ ਸੀ 7 ਦਿਨਾਂ ਵਿੱਚ ਜੇ ਕੋਈ ਹੋਰ ਕਰੇ ਫਿਰ ਕਹਿੰਦੇ ਨੇ ਜੀ ਅਕਾਲ ਤਖਤ ਖਤਵਾਗੀ ਨਹੀਂ ਅਕਾਲ ਤਖਤ ਦੇ ਇਹ ਬਾਗੀ ਨੇ ਇਹ ਇਹ ਪੰਥ ਦੇ ਵਿਰੋਧੀ ਨੇ ਇਹ ਫਲਾਣਿਆਂ ਨਾਲ ਰਲ ਗਏ ਇਹ ਢਿਮਕਿਆਂ ਨਾਲ ਰਲ ਗਏ ਤੇ ਜਦੋਂ ਹੁਣ ਮੈਨੂੰ ਇਹ ਇਹ ਸਮਝ ਨਹੀਂ ਆਉਂਦੀ ਤੇ ਗਿਆਨੀ ਜੀ ਕਿਉਂ ਚੋਂ ਆਪਣੇ ਜੇ ਇਹ ਨਹੀਂ ਕਰ ਰਹੇ ਤਾਂ ਫਿਰ ਗਿਆਨੀ ਜੀ ਦੀ ਹیثیت ਕੀ ਹੋਈ ਐਜ਼ ਦੇ ਜਥੇਦਾਰ ਕੁਰਾ ਨੂੰ ਤੁਸੀਂ ਕਹੀ ਜਾਂਦੇ ਹੋ ਜੀ ਇਹ ਕਮਜ਼ੋਰ ਕਰਨਾ ਚਾਹੁੰਦੇ ਨੇ ਇਹ ਫਲਾਣਾ ਕਰਨਾ ਚਾਹੁੰਦੇ ਨੇ ਭਾਜ ਨਹੀਂ ਦੇ ਸਕਦੇ ਆਪਾਂ ਤੋਂ ਇਹ ਜਿਹੜਾ ਤੁਸੀਂ ਕਿਹਾ ਉਹ ਤਾਂ ਕਰਕੇ ਦਿਖਾਓ ਹੁਣ ਇਹਦੇ ਵਿੱਚ ਮੈਂ ਇਹ ਕਹਾ ਕਿ ਅਸੀਂ ਇਹ ਪੋਲਿਟਿਕਸ ਕਰਦੇ ਨਹੀਂ ਅਸੀਂ ਤਾਂ ਕਹੀਏ ਵੀ ਜੇ ਇਹ ਇਹ ਚੈਨਲ ਨੂੰ ਇਹ ਦਿਖਾਉਣ ਦੇ ਅਧਿਕਾਰ ਹੈ ਕਿ ਦਿਖਾਵੇ ਪਰ ਹੋਰਾਂ ਨੂੰ ਤਾਂ ਮਿਲੇ ਅਧਿਕਾਰ ਜਿਹੜੇ ਹੋਰ ਵੀ ਦਿਖਾਉਣਾ ਚਾਹੁੰਦੇ ਨੇ ਗੁਰੂ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਗੁਰੂ ਨਾਨਕ ਸਾਹਿਬ ਦਾ ਤੇ ਸਭੇ ਸਾਂਝੀ ਵਾਲ ਸਦਾ ਹੈ ਫਿਰ ਦੂਸਰੀ ਗੱਲ ਦੇਖੋ ਗੁਰਬਾਣੀ ਦਾ ਨਿਰੰਤਰ ਕੀਰਤਨ ਹੋਣਾ ਗੁਰਬਾਣੀ ਇਸ ਜਗ ਮਹਚਾਨਣ ਕਰਮਬਸਾਹਮ ਨੇ ਆਏ ਜਦੋਂ ਲਾਈਵ ਜਾਂਦਾ ਦੇਖੋ ਇਹ ਆਪਾਂ ਨੂੰ ਵੀ ਪਤਾ ਕੋਈ ਮੈਚ ਹੈ ਮੈਚ ਚੱਲਦਾ ਉਹਦੀ ਲਾਈਵ ਲਿਖੇ ਹੋਈ ਦੀ ਲਾਈਵ ਚੱਲਦੇ ਦੀ ਸਾਡੀ ਮਾਨਸਿਕਤਾ ਜਿਹੜੀ ਹੈ ਹੋਰ ਤਰੀਕਾ ਇੱਕ ਡੀ ਲਾਈਵ ਆ ਜਿਹੜਾ ਪਹਿਲਾਂ ਚੱਲਿਆ ਹੋਇਆ ਉਹਨੂੰ ਮਨ ਸਾਡਾ ਪਕੜੇ ਨਹੀਂ ਕਰਦਾ ਹੈਗਾ ਮਨ ਦੀ ਤਾਰ ਜਿਹੜੀ ਹੈ ਜਿਹੜਾ ਜਿਹੜੀ ਹਕੀਕਤ ਦੇ ਵਿੱਚ ਜੋ ਕੁਝ ਹੋ ਰਿਹਾ ਕੁਦਰਤੀ ਗੱਲ ਆ ਸਿੱਧੇ ਪ੍ਰਸਾਰਣ ਦੇ ਵਿੱਚ ਹੋਵੇ 24 ਘੰਟੇ ਹੋਵੇ ਤੇ ਜਿੰਨੀ ਦੇਰ ਤੱਕ ਗੁਰਬਾਣੀ ਦਾ ਕੀਰਤਨ ਸਿੱਖ ਸੁਣੇ ਸਿੱਖ ਰੈਂਫਰੈਂਸ ਲਾਇਬ੍ਰੇਰੀ ਦਾ ਮਸਲਾ ਐਸਡੀਪੀਸੀ ਨੂੰ ਉਹ ਦਸਤਾਵੇਜ਼ ਮਿਲੇ ਸੀ ਕਿਸੇ ਨੇ ਰিসিਵ ਕੀਤੇ ਸੀਗੇ ਇਸ ਬਾਰੇ ਤੁਸੀਂ ਬਹੁਤ ਬੈਠਕਾਂ ਵਿੱਚ ਬੈਠੇ ਹੋ ਉੱਥੇ ਇਸ ਬਾਰੇ ਚਰਚਾ ਹੁੰਦੀ ਹਾਈ ਕੋਰਟ ਦੇ ਵਿੱਚ ਕੇਸ ਹੈ ਜੀ ਪਹਿਲੀ ਵਾਰ ਮੇਰਾ ਖਿਆਲ ਹੈ ਤੋ 6 ਮਹੀਨੇ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਮੁੱਦਾ ਇਹ ਚੱਕਿਆ ਉਦੋਂ ਵਕੀਲ ਨੇ ਪਹਿਲਾਂ ਤਾਂ ਵਕੀਲ ਹੀ ਨਹੀਂ ਸੀ ਪੇਸ਼ ਹੁੰਦਾ ਤਰੀਕੇ ਲਈ ਜਾਂਦੇ ਸੀ ਹਾਈ ਕੋਰਟ ਪੁੱਛ ਰਿਹਾ ਤੁਸੀਂ ਦੇਖੋ ਹਾਈ ਕੋਰਟ ਪੁੱਛ ਰਿਹਾ ਕਿ ਭਾਈ ਇਹ ਸਿੱਖ ਨੇ ਕਿਸ ਪਾਇਆ ਕਿ ਉਥੇ ਇਹ ਚੀਜ਼ਾਂ ਨਹੀਂ ਆਈਆਂ ਉਹਨਾਂ ਨੇ ਸੈਂਟਰ ਨੂੰ ਪੁੱਛ ਲਿਆ ਫੌਜ ਨੂੰ ਪੁੱਛ ਲਿਆ ਉਹਨਾਂ ਨੇ ਦੱਸਤਾ ਵੀ ਜਿਹੜੇ ਰিসিਵਿੰਗ ਜਿਹੜੇ ਨੇ ਦਿੱਤੇ ਨੇ ਹੁਣ ਹਾਈ ਕੋਰਟੇ ਪੁੱਛ ਰਿਹਾ ਵੀ ਤੁਸੀਂ ਦੱਸੋ ਜਿਹੜੇ ਜੀਦਾ ਖੋਇਆ ਹੋਇਆ ਉਹ ਕਹਿ ਰਿਹਾ ਵੀ ਅਸੀਂ ਇਹ ਜੇ ਕਮੇਟੀ ਬਣਾ ਕੇ ਆਪਣਾ ਘਰ ਦੇਖ ਲਈਏ ਇਹ ਤੁਹੇ ਦਾ ਮਤਲਬ ਫਿਰ ਗੜ ਇਹਦੇ ਵਿੱਚ ਡਾਕਟਰ ਅਨਰਾਗ ਸਿੰਘ ਜਦੋਂ ਸਿੱਖ ਲਾਇਬ੍ਰੇਰੀ ਦੇ ਰੈਫਰੈਂਸ ਦੇ ਉਹ ਇੰਚਾਰਜ ਲੱਗੇ ਰਹੇ ਦਰਸਲ ਪਤਾ ਹੀ 2015 ਤੋਂ ਤਕਰੀਬਨ ਮੈਂ 14 ਜਾਂ 15 ਦੇ ਵਿੱਚ ਉਹ ਲੱਗੇ ਸੀਗੇ ਉੱਥੋਂ ਇਹ ਗੱਲ ਸ਼ੁਰੂ ਹੋਈ ਜਦੋਂ ਉਹਨਾਂ ਨੇ ਰਜਿਸਟਰ ਚੈੱਕ ਕੀਤੇ ਕਿ ਜਿਹੜੀਆਂ ਚੀਜ਼ਾਂ ਰਜਿਸਟਰ ਦੇ ਵਿੱਚ ਦਰਜ ਨੇ ਫਿਜ਼ੀਕਲੀ ਹੈ ਨਹੀਂ ਉੱਥੇ ਉਹਨਾਂ ਨੇ ਚਿੱਠੀਆਂ ਲਿਖੇ ਉਹ ਮੁੜ ਕੇ ਛੱਡ ਗਏ ਨੌਕਰੀ ਇਸ ਕਰਕੇ ਉੱਥੋਂ ਬੈਠਣਾ ਮੈਂ ਕੱਲ ਨੂੰ ਬਤਨਾਵਾਂਗਾ ਇਹ ਇਹ ਮਸਲਾ ਇਹ ਹੁਣ ਉਹ ਇੱਥੇ ਰੀਸੀਵ ਹੋਇਆ ਹੈ ਜਾਂ ਨਹੀਂ ਜੇ ਇਥੇ ਰਸੀਵ ਨਾ ਹੋਏ ਹੁੰਦੇ ਤੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਕਮੇਟੀ ਚੁੱਪ ਕਰਕੇ ਬੈਂਦੀ ਸਿੱਖ ਲਾਇਬ੍ਰੇਰੀ ਰੈਫਰੈਂਸ ਦੀ ਗੱਲ ਕਰਨ ਵਾਲੇ ਦੇ ਹੁਣ ਤੱਕ ਮੂੰਹ ਬੰਦ ਕਰਾਉਣ ਤੱਕ ਜਾਂਦੇ ਵੀ ਆ ਆ ਸਾਡੇ ਕੋਲ ਹੈ ਹੀ ਨਹੀਂ ਆਏ ਨਹੀਂ ਰਸੀਵ ਹੋਏ ਨੇ ਜੀ ਰਸੀਵ ਹੋਣ ਤੋਂ ਬਾਅਦ ਉੱਥੋਂ ਗੁੰਮ ਹੋਏ ਨੇ ਤੁਸੀਂ ਗੱਲ ਉੱਥੇ ਕਹੀਏ ਬੈਠਕਾਂ 'ਚ ਬਿਲਕੁਲ ਲਿਖਤੀ ਰੂਪ ਦੇ ਵਿੱਚ ਮੈਂ ਤੁਹਾਨੂੰ ਦਿਖਾ ਸਕਦਾ ਮੈਂ ਕਦੇ ਵੀ ਉੱਥੇ ਜੋ ਕੁਝ ਗੱਲ ਕਹਿੰਨਾ ਮੈਂ ਜ਼ੁਬਾਨੀ ਨਹੀਂ ਕਹਿੰਦਾ ਮੈਂ ਆਪਣੇ ਸਾਈਨ ਕਰਕੇ ਪ੍ਰਧਾਨ ਸਾਹਿਬ ਦੇ ਹੱਥ 'ਚ ਪੜਾਉਣਾ ਹਰ ਮੀਟਿੰਗ ਦੇ ਵਿੱਚ ਮੇਰੇ ਕੋਲ ਇੱਕ ਇੱਕ ਮੀਟਿੰਗ ਦਾ ਜਿਹੜਾ ਪਿਆ ਜੋ ਜੋ ਕੁਝ ਮੈਂ ਦਿੱਤਾ ਤੋਂ ਅੱਗੇ ਵੀ ਮੈਂ ਕੱਲ ਨੂੰ ਇਹ ਕਹਿ ਦੇਣਗੇ ਵੀ ਇਹ ਤਾਂ ਜੀ ਮਤਲਬ ਝੂਠੇ આરોਪ ਜਾਂ ਵੈਸੇ ਤਾਂ ਮੈਂ ਇਹਦੀ ਗੱਲੇ ਨਹੀਂ ਕਰਦਾ ਹੈਗਾ ਨਾ ਮੈਨੂੰ ਕਰਨੀ ਚਾਹੀਦੀ ਆ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੋਂ ਇਹ ਤਾਂ ਇਹ ਤਾਂ ਫੈਕਟ ਤੇ ਇੱਕ ਹੋਰ ਵਾਰ-ਵਾਰ ਇਹ ਚਰਚਾ ਚੱਲਦੀ ਹੈ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਭਾਜੀਪੀ ਹੈ ਜਾਂ ਆਰਐਸਐਸ ਹੈ ਉਹ ਦਖਲਦਾਨੀ ਕਰਦੇ ਆ ਧਾਰਨ ਮਾਮਲੇ 'ਚ ਤੇ ਉਸ ਬਾਬਤ ਇਹਨਾਂ ਨੇ ਹੁਣ ਚਿੱਠੀ ਵੀ ਲਿਖੀ ਆ ਉਸ ਕੰਟੈਕਸਟ ਵਿੱਚ ਵੀ ਤੁਸੀਂ ਬੋਲਦੇ ਹੋ ਬਿਲਕੁਲ ਬੋਲਦਾ ਪਹਿਲੀ ਤਾਂ ਗੱਲ ਚਿੱਠੀ ਲਿਖਣੀ ਜਿਹੜੀ ਆ ਸਿਧਾਂਤ ਤੋਂ ਉਲਟ ਗੱਲ ਆ ਤੁਸੀਂ ਫਿਰ ਕਹੋਗੇ ਬਾਰ-ਬਾਰ ਸਿਧਾਂਤ ਦੀ ਗੱਲ ਲੈ ਕੇ ਠੋਕ ਲੰਦਾ ਸਾਡੇ ਕੋਲ ਇਤਿਹਾਸ ਦੀ ਇੱਕ ਮਿਸਾਲ ਆ ਕਿ ਸੁਲੀਖਾਨ ਤੇ ਸਲਬੀ ਖਾਨ ਚੜ ਕੇ ਆਇਆ ਗੁਰੂ ਅਰਜਨ ਦੇਵ ਮਹਾਰਾਜ ਤੇ ਉਸ ਵਕਤ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਦਾ ਕੁਝ ਸਿੱਖਾਂ ਨੇ ਸਲਾਹ ਦਿੱਤੀ ਕਹਿੰਦੇ ਮਹਾਰਾਜ ਅਸੀਂ ਚਿੱਠੀ ਲਿਖੀ ਉਹਨਾਂ ਨੂੰ ਬਈ ਤੁਸੀਂ ਬਿਨਾ ਵਜੇ ਤੂੰ ਸਾਡੇ ਤੇ ਚੜ ਕੇ ਆ ਜਿਓ ਹਜੇ ਗੁਰੂ ਸਾਹਿਬ ਨੇ ਉਹਦੇ ਬਾਰੇ ਕੁਝ ਨਹੀਂ ਕਿਹਾ ਤੇ ਦੋ ਸਿੱਖ ਬੋਲਪੇ ਕਹਿੰਦੇ ਨਹੀਂ ਮਹਾਰਾਜ ਚਿੱਠੀ ਲਿਖਣ ਦਾ ਮਤਲਬ ਹੁੰਦਾ ਕਮਜ਼ੋਰੀ ਚਿੱਠੀ ਲਿਖਣ ਦਾ ਮਤਲਬ ਹੁੰਦਾ ਕਿਸੇ ਤੋਂ ਡਰਨਾ ਜਿਹਨੂੰ ਚਿੱਠੀ ਲਿਖੀ ਜਾਂਦੀ ਹੈ ਸਾਨੂੰ ਚਿੱਠੀ ਨਹੀਂ ਲਿਖਣੀ ਚਾਹੀਦੀ ਸਾਨੂੰ ਆਪ ਤਾਕਤਵਰ ਹੋਣਾ ਚਾਹੀਦਾ ਕਿਸੇ ਨੇ ਕਿਹਾ ਦੋ ਬੰਦੇ ਪਹਚਾਦੋ ਲੰਮੀ ਕਹਾਣੀਆਂ ਬਲਕਿ ਸੰਪਰਦਾਵਾਂ ਵਿੱਚ ਇੱਕ ਕੋਡ ਕੀਤਾ ਜਾਂਦਾ ਆਸਾ ਰਗਦਾ ਸ਼ਬਦ ਕਿ ਗੁਰੂ ਸਾਹਿਬ ਨੇ ਉੱਥੇ ਕਿਹਾ ਕਿ ਪ੍ਰਥਮੇ ਮਤਾ ਜੇ ਪਤਰੀ ਚਲਾਓ ਦੁਤੀਏ ਮਤਾ ਦੋਇ ਮਨੁੱਖ ਪਹਿਚਾਵੋ ਤ੍ਰਿਤੀਏ ਮਤਾ ਕਿਛ ਕਰੋ ਪਾਇਆ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜੀ ਚਿੱਠੀ ਵਾਲੀ ਸੀ ਉਹ ਵੀ ਮੈਂ ਗੱਲ ਪ੍ਰਵਾਨ ਨਹੀਂ ਕੀਤੀ ਬੰਦੇ ਭੇਜਣ ਵਾਲੀ ਪ੍ਰਵਾਨ ਨਹੀਂ ਕੀਤੀ ਆਪਣੇ ਆਪ ਨੂੰ ਲੜਾਈ ਵਾਸਤੇ ਮੈਂ ਪਰਮਾਤਮਾ ਤੇ ਛੜਤੀ ਗੱਲ ਗੁਰੂ ਸਾਹਿਬ ਦਾ ਇਹ ਸੁਲਹੀ ਤੇ ਨਾਰਾਇਣ ਰੱਖ ਇਹ ਸ਼ਬਦ ਗੁਰਬਾਣੀ ਦੇ ਵਿੱਚ ਜਿਹੜਾ ਦਰਜ ਆ ਹੁਣ ਮੈਨੂੰ ਇਹ ਦੱਸੋ ਕਿ ਅੱਜ ਅਸੀਂ ਉੱਥੇ ਹਰਮੰਦਰ ਸਾਹਿਬ 'ਚ ਬੈਠ ਕੇ ਕਿਸੇ ਨੂੰ ਇਹ ਲਿਖੀਏ ਕਿ ਤੁਸੀਂ ਸਾਡੇ 'ਚ ਦਖਲ ਅੰਦਾਜ਼ੀ ਕਰ ਰਹੇ ਹੋ ਇਹਦਾ ਮਤਲਬ ਇਹ ਕਿ ਅਸੀਂ ਡਰ ਰਹੇ ਹਾਂ ਅਸੀਂ ਲੇਲੜੀਆਂ ਕੱਢ ਰਹੇ ਕਦੇ ਚਿੱਠੀ ਚਿੱਠੀ ਲਿਖੇ ਤੇ ਕੋਈ ਹਟਿਆ ਦਿਖਲਤਾ ਜੀ ਕਰ ਰਹੇ ਵਸ ਮੈਨੂੰ ਤਾਂ ਕਿਤੇ ਦੇਸੀ ਨਹੀਂ ਇਹਨਾਂ ਨੂੰ ਦੇਸੀ ਹੋਊਗੀ ਇਹ ਦੱਸਣ ਮੈਂ ਤਾਂ ਇਹ ਪੁੱਛਦਾ ਹਾਂ ਕਿ ਜੇ ਤੁਸੀਂ ਸਿਰਫ ਇਹ ਨਹੀਂ ਕਿ ਜੀ ਹੁਣ ਦੇਖੋ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਹੈ ਇਹਨਾਂ ਕੋਲ ਇੱਕੋ ਫੰਡਾ ਹੈ ਦੱਸਣ ਦਾ ਕਿ ਜੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਭਾਜਪਾ ਨੇ ਇਹਨਾਂ ਦੇ ਚਾਰ ਮੈਂਬਰ ਦੇਖੋ ਸਰਦਾਰ ਆਪਣਾ ਸਰਜੀਤ ਸਿੰਘ ਗੜੀ ਹਰਪਾਲ ਸਿੰਘ ਜੱਲਾ ਮੀਤ ਪ੍ਰਧਾਨ ਸਾਬ ਦਾ ਸ਼ਰਮਣੀ ਕਮੇਟੀ ਦੇ ਮੌਜੂਦਾ ਮੈਂਬਰ ਬੀਬੀ ਜਸਵਿੰਦਰ ਕੌਰ ਅਵਤਾਰ ਸਿੰਘ ਬੰਨੇ ਹੋਣਾਂ ਦੇ ਵੈਫ ਤੇ ਸ਼ਾਇਦ ਇੱਕ ਹੋਰ ਚਾਰ ਪੰਜ ਮੈਂਬਰ ਜਿਹੜੇ ਨੇ ਉਹ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਤੋਂ ਬਾਅਦ ਅਕਾਲੀ ਦਲ ਦੀ ਟਿਕਟ ਤੇ ਜਿੱਤ ਕੇ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹੁਣ ਦੇਖੋ ਵੋਟ ਤਾਂ ਮੈਂਬਰ ਤਾਂ ਹੋ ਹੈਗੇ ਨੇ ਨਾ ਹੁਣ ਵੋਟ ਪਾਉਣ ਆ ਰਹੇ ਨੇ ਕਹਿੰਦੇ ਜੀ ਦਖਲਅੰਦਾਜ਼ੀ ਕਰ ਰਿਹਾ ਇਹ ਗੱਲਾਂ ਇਹ ਦਖਲ ਦਾ ਇਹ ਤਾਂ ਫਿਰ ਹੁਣ 40 ਸਾਲ ਤੁਹਾਡੇ ਨਾਲ ਰਹੇ ਨੇ ਇਹਦਾ ਫਿਰ ਤੁਸੀਂ ਕੀ ਮਤਲਬ ਜਿਹੜਾ ਦੇਓਗੇ ਹੁਣ ਉਹ ਗੱਲ ਇਹ ਨਹੀਂ ਇਹ ਤਾਂ ਬਿਨਾਂ ਦੱਸੋ ਵੀ ਉਹਨਾਂ ਦੀ ਦਖਲਦਾਰੀ ਕਿਹੜੀ ਆ ਇੱਕ ਸਵਾਲ ਤੁਹਾਨੂੰ ਕਰਾਂ ਥੋੜਾ ਲੱਗੂਗਾ ਤੁਹਾਨੂੰ ਸਵਾਲ ਕਰੋ ਉਹ ਪੰਥਕ ਸਫਾ ਵਿੱਚ ਪੰਥਕ ਸਫਾ ਵਿੱਚ ਇਹ ਸਵਾਲ ਗੂੰਜਦਾ ਵੀ ਸੰਤ ਸਮਾਜ ਨੂੰ ਵੀ ਹਰੀ ਚੰਡੀ ਹੈ ਜਿੰਦੀ ਗੱਲ ਉਹ ਕਰਦੇ ਦਖਲਦਾਰੀ ਨਹੀਂ ਇਹ ਤਾਂ ਦੇਖੋ ਜੀ ਗੱਲ ਯਾਰ ਇਹ ਇਹ ਜਿਹੜੀਆਂ ਲੁਕੀ ਗੱਲ ਕਦੇ ਜ਼ਿੰਦਗੀ ਚ ਕੁਛ ਹੀ ਨਹੀਂ ਰਹੀ ਗੋੜ ਬੁਕੜ ਤੇ ਗੋੜ ਜਦਾ ਕਦੇ ਭੰਨੇ ਭੰਨ ਕੇ ਕਦੇ ਖਾਦਾ ਨਹੀਂ ਗਿਆ ਜੇ ਕਿਸੇ ਨੇ ਭੰਨ ਵੀ ਲਿਆ ਚੰਡੀਆਂ ਹੋਣੀਆਂ ਨਾ ਹੋਣੀਆਂ ਦੇਖੋ 2017 ਚ ਅਸੀਂ ਪਹਿਲੀ ਚੋਣ ਕਰਾਈ ਉਦੋਂ ਇਹ ਸਾਨੂੰ ਬਦਲ ਕੇ ਕਹਿੰਦੇ ਸੀਗੇ ਜੀ ਇਹ ਕਾਂਗਰਸ ਦੀ ਵੀ ਟੀਮ ਹੈ ਕਾਂਗਰਸ ਦੇ ਸਿੱਖੇ ਸਕੇ ਮਤਲਬ ਇਹ ਇੱਕੋ ਫੈਕਟਰੀ ਹੈ ਜਿੱਥੇ ਮਤਲਬ ਤੁਸੀਂ ਇਹਨਾਂ ਨਾਲ ਤੁਰਪੋ ਤੇ ਸਾਰਾ ਕੁਝ ਤੁਹਾਡਾ ਰਹਿ ਜਾਂਦਾ ਗੱਲ ਤੁਸੀਂ ਇਹ ਦੇਖੋ ਵੀ ਜਿਹੜੀ ਦਖਲਦਾਰੀ ਇਹ ਦੱਸੋ ਤਾਂ ਸਹੀ ਅਸੀਂ ਤਾਂ ਪੁੱਛ ਗਏ ਸਿਰਫ ਚੋਣ ਦੇ ਵਿੱਚ ਫਿਰ ਦੇਖੋ ਜਾ ਤਾਂ ਉਹ ਜਿੱਤੇ ਹੋਣ ਭਾਜਪਾ ਦੀ ਚੋਣ ਟਿਕਟ ਤੇ ਜਾਂ ਭਾਜਪਾ ਅਸੀਂ ਕਿਹਾ ਵੀ ਅਸੀਂ ਉਦੋਂ ਦੇਖਾਂਗੇ ਜਦੋਂ ਭਾਜਪਾ ਆਪਣੇ ਬੰਦੇ ਖੜੇ ਕਰੂਗੀ ਸਿੱਖ ਦੇਖੋ ਨਾ ਕਦੇ ਇੱਕ ਦਖਲਦਾਜੀ ਸਿੱਖਾਂ ਨੇ ਬਰਦਾਸ਼ਤ ਕੀਤੀ ਹੈ ਤੇ ਨਾ ਕਰਨੀ ਹੈ ਤੇ ਨਾ ਕਰਨੀ ਚਾਹੀਦੀ ਆ ਚਲੋ ਮੈਂ ਇੱਕ ਹੋਰ ਥੋੜਾ ਜਿਹਾ ਵਕਫਾ ਲਵਾਂ ਤੁਸੀਂ ਐਸਪੀਸੀ ਚੋਣ ਦੀ ਗੱਲ ਕੀਤੀ ਹੈ ਤੇ ਵਾਪਸ ਆ ਕੇ ਐਸਪੀਸੀ ਚੋਣਾਂ ਬਾਰੇ ਗੱਲ ਹੋਊਗੀ ਕਿ ਹੁਣ ਟਿੱਕਰ ਕਿਉਂ ਨਹੀਂ ਕਰ ਪਈਆਂ ਜਾ ਰਹੀਆਂ ਵਾਪਸ ਆ ਰਹੇ ਇੱਕਰ ਵੀ ਤੁਹਾਡਾ ਸਵਾਗਤ ਕਰਦੇ ਆਂ ਤੇ ਗੁਰਪ੍ਰੀਤ ਸਿੰਘ ਰੰਦਾਵੇ ਵਾਲੇ ਸਾਡੇ ਨਾਲ ਨੇ ਗੁਰਪ੍ਰੀਤ ਸਿੰਘ ਜੀ ਤੁਸੀਂ ਐਸਡੀਪੀਸੀ ਚੋਣਾ ਕਰਾਉਣ ਲਈ ਬੜੇ ਕਾਲੇ ਹੋ ਤੇ ਤੁਹਾਡੇ ਵਰਗੇ ਕੋਈ ਹੋਰ ਮੈਂਬਰ ਵੀ ਹੈ ਅਕਸਰ ਹੁੰਦੇ ਰਹਿੰਦੇ ਸਾਡੇ ਕੋਲੇ 11-11 ਸਾਲ ਤੋਂ ਤੁਸੀਂ ਬੈਠੇ ਹੋ ਚੋਣਾ ਦੀ ਲੋੜ ਕੀ ਹੈ ਬੈਠੇ ਰਹੋ ਦੇਖੋ ਜੇ ਤਾਂ ਸਾਡੇ ਅੰਦਰ ਲਾਲਸਾ ਹੋਵੇ ਹਾਂ ਫਿਰ ਤਾਂ ਜਿੱਥੇ ਹੋਰ ਬੈਠੇ ਨੇ ਉਹਨਾਂ ਨਾਲੇ ਬੈਠੇ ਰਹਿੰਦੇ ਜੇ ਜੇ ਅਸੀਂ ਅਹੁਦਿਆਂ ਦੀ ਜਾਂ ਮੈਮਰੀ ਦੀ ਲਾਲਸਾ ਦੇ ਵਿੱਚ ਇਹ ਗੱਲ ਕਰਦੇ ਹੋਈ ਏ ਮਤਲਬ ਚੋਣ ਨਾ ਹੋਵੇ ਫਿਰ ਤਾਂ ਬਾਦਲਦਾਰ ਨਾਲ ਹੀ ਰਲ ਜਾਂਦੇ ਹੁਣ ਨੂੰ ਕੋਈ ਅਹੁਦੇ ਵੀ ਚੰਗੇ ਲੈ ਲੈਂਦੇ ਨਹੀਂ ਉਹ ਨਾਲ ਹੀ ਇਹ ਗੱਲ ਵੀ ਕਹਿੰਦੇ ਨੇ ਵੀ ਟੈਕਨੀਕਲੀ ਇਹ 11 ਸਾਲ ਨਹੀਂ ਹੋਗੇ ਤੁਹਾਨੂੰ ਬੈਠਿਆ ਨੂੰ ਟੈਕਨੀਕਲੀ ਉਹ ਕਹਿੰਦੇ ਹਜੇ ਤਾਂ ਮਿਆਦ ਪੂਰੀ ਹੋਈ ਆ ਹੁਣ ਚਲੋ ਇਹ ਤਾਂ ਕੁਦਰਤੀ ਗੱਲ ਹੁੰਦੀ ਆ ਹੁਣ ਮੈਂ ਤੁਹਾਡਾ ਇਹ ਸਵਾਲ ਨੂੰ ਪਿਛਲੇ ਸਵਾਲ ਨਾਲ ਜੋੜਦਾ ਜਿੱਥੇ ਤੁਸੀਂ ਕਿਹਾ ਵੀ ਜਿਹੜੀ ਦਖਲਅੰਦਾਜ਼ੀ ਹੁੰਦੀ ਆ ਜਾਂ ਹਰੀ ਝੰਡੀ ਵਾਲੀ ਗੱਲ ਸ਼ਰੋਮਣੀ ਅਕਾਲੀ ਦਲ ਬਾਦਲ ਮੈਂ ਔਨ ਰਿਕਾਰਡ ਕਹਿ ਚੁੱਕਿਆ ਵੀ ਇਹ ਕਹੇ ਕਿ ਭਾਜਪਾ ਸਿੱਧੀ ਦਖਲਅੰਦਾਜ਼ੀ ਕਰ ਰਹੀ ਹੈ ਇਹ ਚਿੱਠੀ ਗਰੇਵਾਲ ਸਾਹਿਬ ਨੂੰ ਇਹ ਲਿਖਣੀ ਚਾਹੀਦੀ ਸੀ ਕਿ ਤੁਹਾਡੀ ਸਿੱਧੀ ਦਖਲਅੰਦਾਜ਼ੀ ਆ ਸਾਡੀ ਐਨਏ ਸਮੇਂ ਤੋਂ ਚੋਣ ਜਿਹੜੀ ਉਹ ਪੈਂਡਿੰਗ ਆ ਤੁਸੀਂ ਜਨਰਲ ਇਲੈਕਸ਼ਨ ਨਹੀਂ ਕਰਾ ਰਹੇ ਮੈਂ ਸੈਂਡ ਕਰੂੰਗਾ ਤੇ ਮੈਂ ਕਹੂੰਗਾ ਵੀ ਹਾਂ ਕਦੇ ਇਹਨਾਂ ਦੇ ਮੂੰਹ ਇਹ ਗੱਲ ਸੁਣੀ ਵੀ ਇਹ ਦਖਲਅੰਦਾਜ਼ੀ ਇਹ ਦਖਲਅੰਦਾਜ਼ੀ ਦੀ ਵੀ ਚੋਣ ਨਾ ਕਰਾਉਣਾ ਉਹ ਕਹਿੰਦੇ ਅਸੀਂ ਉਹ ਕਹਿੰਦੇ ਸਾਡੇ ਕੋਲ ਤਾਂ ਸਾਰਾ ਕੁਝ ਹੈਗਾ ਨਾ ਅਸੀਂ ਕਿਉਂ ਕਹੀਏ ਚੋਣਾ ਕਰਵਾਉਂ ਬੱ ਫਿਰ ਗੱਲ ਗੱਲ ਇਹ ਆ ਅੱਜ ਪੂਰੀ ਕੌਮ ਕਹਿ ਰਹੀ ਹੈ ਵੀ ਚੋਣ ਹੋਣੀ ਚਾਹੀਦੀ ਹੈ ਹਰ ਸਿੱਖ ਕਹਿ ਰਿਹਾ ਹਰ ਸਿੱਖ ਇਸ ਗੱਲ ਦੇ ਉੱਤੇ ਖੜਾ ਇਹਦਾ ਮਤਲਬ ਫਿਰ ਇਹ ਆ ਵੀ ਤੁਹਾਡਾ ਕਬਜ਼ਾ ਕਰਾਈ ਰੱਖੇ ਭਾਜਪਾ ਫਿਰ ਉਹ ਚੰਗੀ ਆ ਜਿੱਥੇ ਤੁਹਾਨੂੰ ਲੱਗਿਆ ਵੀ ਤੁਹਾਡੇ ਕਬਜ਼ਾ ਟੁੱਟਣ ਦੇ ਲਈ ਜੇ ਉਹਨਾਂ ਦੇ ਵਿੱਚ ਬੈਠੇ ਕਿਸੇ ਸਿੱਖ ਨੇ ਜਾਂ ਵੋਟ ਦੀ ਗੱਲ ਜਿਵੇਂ ਇਹਨਾਂ ਦੇ ਪਿੱਛੇ ਦੇ ਲਈ ਕਰੀਆਂ ਨੇ ਤੇ ਉਹਦੇ ਵਿੱਚ ਫਿਰ ਤੁਸੀਂ ਕਹਿੰਦੇ ਹੋ ਵੀ ਇਹ ਦਖਲੰਦਾਜ਼ੀ ਹੋ ਗਈ ਉਹ ਤਾਂ ਹਿਸਟਰੀ ਬਣਾਉਂਦੇ ਆ ਨਾ ਉਹ ਕਹਿੰਦੇ ਜਿੰਨੀਆਂ ਚੋਣਾਂ ਤੁਸੀਂ ਲੜ ਕੇ ਦੇਖ ਲਈਆਂ ਤੇ ਉਹ ਤੁਹਾਡਾ ਹਸ਼ਰ ਕੀ ਹੋਇਆ ਇੱਕ ਹੋਰ ਦੇਖ ਲੈਣ ਲੜਕੇ ਚੈਲੰਜ ਕਰ ਰਹੇ ਹੋ ਨਹੀਂ ਚੈਲੰਜ ਨਹੀਂ ਮੈਂ ਕਹਾਂ ਚੈਲੰਜ ਤਾਂ ਕਦੇ ਵੀ ਕਿਸੇ ਨੂੰ ਹੋਈ ਨਹੀਂ ਸਕਦਾ ਨਾਲੇ ਸਿੱਖੀ ਦੇ ਵਿੱਚ ਤਾਂ ਚੈਲੰਜ ਦੀ ਕੋਈ ਹੈ ਨਹੀਂ ਪਰ ਇਹਨਾਂ ਮੈਂ ਜ਼ਰੂਰ ਕਹਣਾ ਵੀ ਲੜਕੇ ਦੇਖਣ ਫਿਰ ਆਉਣ ਮદાન ਦੇ ਵਿੱਚ ਤਿਆਰੀ ਹੈ ਕੌਮ ਤਿਆਰ ਹੈ ਲੱਗ ਜੂ ਪਤਾ ਜਿਹੜੀ ਆ ਮੈਂ ਇਸ ਕਰਕੇ ਕਹਿਣਾ ਜਿਹੜਾ ਉਹ ਜਿਹੜੀ ਤੁਹਾਡੇ मुंह ਹੋਏ ਗੱਲ ਸੁਣੀ ਅਕਸਰ ਮੈਂ ਵੀ ਇਹ ਸੁਣਦਾ ਉਹ ਕਹਿੰਦੇ ਨੇ ਕਿ ਸਾਨੂੰ ਤਾਂ ਜੀ ਬਾਰ-ਬਾਰ ਫਿਰ ਹੁਣ ਪਤਾ ਤਾਂ ਹੁਣ ਲੱਗਣਾ ਤੁਹਾਨੂੰ ਤਾਂ ਲੋਕਾਂ ਨੇ ਤੁਹਾਡੀਆਂ ਸਰਕਾਰਾਂ ਵੀ ਬਣਾਈਆਂ ਨੇ ਪਿਛਲੇ 20 ਸਾਲਾਂ 'ਚ 1997 'ਚ ਮੈਂ ਤਕਰੀਬਨ 20 ਸਾਲ ਦਾ ਸੀ ਕਿੰਨ੍ਹੇ ਸਾਲ ਦਾ ਜਦੋਂ ਮੈਂ ਦੇਖ ਰਿਹਾ ਹਾਨ ਹੈ ਮਤਲਬ ਅਕਾਲੀ ਦਲ ਹਾਰ ਕੇ ਵੀ ਉਹਦੀ ਹਾਰ ਨਹੀਂ ਸੀ ਹੁੰਦੀ ਮਤਲਬ 2002 ਦੇ ਵਿੱਚ ਦੇਖੋ ਬਿਲਕੁਲ ਨੇੜੇ ਜਾ ਕੇ ਗਏ 7 ਦੇ ਵਿੱਚ ਜਿੱਤੇ ਗਏ ਫਿਰ 12 ਦੇ ਵਿੱਚ ਜਿੱਤ ਗਏ ਜਿਹੜੀਆਂ 14 ਵਾਲੀਆਂ ਮੋਦੀ ਸਾਹਿਬ ਵਾਲੀਆਂ ਇਲੈਕਸ਼ਨਾਂ ਸੀਗੀਆਂ ਉਹ ਵੀ ਠੀਕ ਠਾਕ ਰਹੀਆਂ ਅਸਲ ਕਹਾਣੀ ਤਾਂ ਸ਼ੁਰੂ ਇਹ 15 ਤੋਂ ਹੋਈ ਹੈ ਨਾ ਅਕਾਲੀ ਦਲ ਦਾ ਜਿਹੜਾ ਟੈਸਟਿੰਗ ਪੇਪਰ ਤਾਂ ਹੁਣ ਚੱਲ ਰਿਹਾ ਹੈ ਹੁਣ ਅੱਜ ਤੁਸੀਂ 17 ਸੀਟਾਂ ਤੋਂ ਔਰ ਤੁਸੀਂ 20 ਸਾਲਾਂ ਦੇ ਵਿੱਚ ਤੁਸੀਂ ਇਹ ਦੇਖ ਲਓ ਵੋਟ ਆਫ ਪਰਸੈਂਟੇਜ ਅਕਾਲੀ ਦਲ ਦੀ ਜਿਹੜੀ ਹਾਲਾਂਕਿ ਮੇਰਾ ਇਹ ਵਿਸ਼ਾ ਨਹੀਂ ਹੈਗਾ ਰਾਜਨੀਤਿਕ ਪਰ ਇੰਨੀ ਗੱਲ ਤਾਂ ਕਿਉਂਕਿ ਇਹ ਵੀ ਸ਼੍ਰੋਮਣੀ ਕਮੇਟੀ ਦੇ ਨਾਲ ਇਹੀ ਹੈ ਨਾ ਵੱਡੀ ਧਿਰ ਜਿਹਨੂੰ ਲੜਨਾ ਇਹਨਾਂ ਦੀ ਦੂਸਰੀ ਵੋਟ ਘੱਟਦੀ ਜਾ ਰਹੀ ਹੈ ਹਰ ਇਲੈਕਸ਼ਨ 'ਚ ਇਹਨਾਂ ਦੀ ਪਰਸੈਂਟੇਜ ਉਹ ਵੋਟ ਜਿਹੜੀ ਆ ਉਹ ਘਟੀਆਂ ਸੀਟਾਂ ਘਟੀਆਂ ਨੇ ਤੁਸੀਂ ਉਹਨੂੰ ਖਾਰਜ ਕਰ ਦਿਓ ਜਦੋਂ ਕਹਿੰਦੇ ਦਿੱਲੀ ਕਮੇਟੀ ਸਾਡੇ ਤੋਂ ਖੋ ਲਈ ਉਹਨਾਂ ਨੇ ਹਰਿਆਣਾ ਕਮੇਟੀ ਸਾਡੇ ਤੋਂ ਖੋ ਲਈ ਉਹਨੂੰ ਖਾਰਜ ਕਰ ਦਿਓ ਤੁਸੀਂ ਉਹ ਕਹਿੰਦੇ ਵੀ ਉਹ ਕਹਿੰਦੇ ਇਹਦੇ ਪਿੱਛੇ ਸਿੱਧਾ ਸਦੀ ਬੀਜਪੀ ਆ ਦੇਖੋ ਗੱਲ ਇਹ ਆ ਜਿੰਨੀ ਦੇਰ ਤੱਕ ਇਹੀ ਤਾਂ ਗੱਲ ਆ ਵੀ ਤੁਸੀਂ ਜਿਹੜੇ ਚੰਗੇ ਚੰਗੇ ਸਿੱਖ ਸੀਗੇ ਉਹਨਾਂ ਨੂੰ ਤੁਸੀਂ ਖਤਮ ਕਰਤਾ ਪੋਲੀਟੀਕਲ ਤੌਰ ਤੇ ਜਾਂ ਧਾਰਮਿਕ ਤੌਰ ਤੇ ਹੁਣ ਦਿੱਲੀ ਦੇ ਵਿੱਚ ਜਿਹੜਾ ਬੰਦਾ ਤੁਸੀਂ ਅੱਗੇ ਕਰਿਆ ਪੰਜਾਬ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਇੱਥੇ ਮੈਂ ਦੇਖਿਆ ਵੀ ਜਿਪਸੀਆਂ ਸਿਕਿਉਰਟੀਆਂ ਸਰਕਾਰ ਦੇ ਵਿੱਚ ਜੇ ਤੁਹਾਡੇ ਐਡੇ ਨਜ਼ਦੀਕ ਐਡੇ ਵਫਾਦਾਰ ਤੁਹਾਡੇ ਨਹੀਂ ਰਹੇ ਤਾਂ ਫਿਰ ਮਤਲਬ ਜਿਹੜਾ ਹੈਗਾ ਹੋਰ ਕੌਣ ਰਹੂਗਾ ਪਹਿਲੀ ਤਾਂ ਗੱਲ ਇਹ ਆ ਦੂਸਰੀ ਗੱਲ ਦੇਖੋ ਹੁਣ ਬੰਦੇ ਇਹ ਜੇਤਾ ਪਏ ਕਈ ਵਿਭਾਜਪਨ ਦੇ ਸਰੂਪੇ ਪਾਤੇ ਉਹਨਾਂ ਦੇ ਠੀਕ ਹੈ ਨਾ ਗੱਲ ਕਮੇਟੀ ਇਹਨਾਂ ਦੇ ਭਜੇ ਨੇ ਇਹਦਾ ਮਤਲਬ ਤੁਹਾਡੀ ਚੋਣ 'ਚ ਫਰਕ ਹੈ ਨਾ ਜਿਹੜੇ ਬੰਦੇ ਤੁਸੀਂ ਅੱਗੇ ਲਾਏ ਇਹ ਫਾਲਟ ਤੁਹਾਡਾ ਤੁਸੀਂ ਉਹਨਾਂ ਦੇ ਕਰਤਾਰ ਨਹੀਂ ਦੇਖੇ ਤੁਸੀਂ ਇਹ ਦੇਖਿਆ ਵੀ ਸਾਡੇ ਦੀ ਇਹਨਾਂ ਕੋਲ ਚੱਲ ਸਕਦਾ ਦਰਸਲ ਅੱਜ ਲੜਾਈ ਇਸ ਗੱਲ ਦੀ ਨਹੀਂ ਹੈਗੀ ਭਾਈ ਸਾਹਿਬ ਅਸਲ ਵਿਸ਼ਾ ਹੀ ਇਹ ਆ ਕਿ ਤੁਸੀਂ ਚੋਣ ਕਰਦੇ ਹੋ ਉਸ ਬੰਦੇ ਦੀ ਕਿ ਜਿਹੜਾ ਬਸ ਸਿਰ ਨਾ ਚੱਕੇ ਕਿਉਂਕਿ ਜਿਹੜਾ ਬੰਦਾ ਥੋੜਾ ਜਿਆਦਾ ਇਹਨਾਂ ਅਗੇ ਸਿਰ ਚੱਕੂਗਾ ਨਾ ਤੋ ਦੂਸਰੇ ਦੇ ਅੱਗੇ ਸਿਰ ਨਹੀਂ ਨੀਵਾ ਕਰੂਗਾ ਤੇ ਜੇ ਜਿਹੜਾ ਬੰਦਾ ਇਹਨਾਂ ਅੱਗੇ ਸਿਰ ਨਹੀਂ ਚੱਕੂਗਾ ਤੇ ਜਦੋਂ ਲੋੜ ਆਊਗੀ ਤੇ ਉਹ ਕਿਸੇ ਅੱਗੇ ਮਤਲਬ ਆਪਣਾ ਸਿਰ ਨੀਵਾ ਕਰ ਦੂਗਾ ਤੁਹਾਨੂੰ ਅਫਸੋਸ ਹੈ ਕਿ ਤੁਸੀਂ ਧਾਮੀ ਸਾਹਿਬ ਨੂੰ ਵੋਟ ਨਹੀਂ ਪਾ ਸਕਦੇ ਨਹੀਂ ਅਫਸੋਸ ਕਿਹੜੀ ਗੱਲ ਦਾ ਜੀ ਧਾਮੀ ਸਾਹਿਬ ਦੇ ਵਿੱਚ ਸੌ ਚੰਗੀਆਂ ਨੇ ਪਰ ਇੱਕੋ ਗੱਲ ਹੈ ਕਿ ਉਹਨਾਂ ਦੇ ਪਿੱਛੇ ਜਿਹੜਾ ਬਦਲਦਲ ਖੜੇ ਸਾਰੀਆਂ ਗੱਲਾਂ ਅਸੀਂ ਇਹ ਸਾਡੀ ਚਰਚਾ ਦਾ ਵਿਸ਼ਾ ਰਹਿੰਦਾ ਸੀ ਅਸੀਂ ਉਹਨਾਂ ਦੇ ਗੁਣਾਂ ਦੀ ਮੈਂ ਦੇਖੋ ਮੇਰਾ ਇੱਕ ਸੁਭਾ ਮੈਂ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਾ ਪਰਮਾਤਮਾ ਕਰਾਵੇ ਤੇ ਧਾਮੀ ਸਾਹਿਬ ਦੇ ਮੇਰੇ ਨਾਲ ਬੜੇ ਅچھے ਸਬੰਧ ਨੇ ਬੜਾ ਪਿਆਰ ਆ ਤੇ ਪਰਮਾਤਮਾ ਕਿਰਪਾ ਕਰੇ ਸਾਡਾ ਬਣਿਆ ਰਹੇ ਪਰ ਗੱਲ ਇਹ ਆ ਕਿ ਧਾਮੀ ਸਾਹਿਬ ਨੂੰ ਵੋਟ ਪਾਉਣ ਦਾ ਮਤਲਬ ਕੀ ਆ ਧਾਮੀ ਸਾਹਿਬ ਨੂੰ ਵੋਟ ਪਾਉਣ ਦਾ ਮਤਲਬ ਇਹ ਆ ਕਿ ਅਸੀਂ ਕਾਲੀ ਦਲ ਬਾਦਲ ਨੂੰ ਜਿਹਨੂੰ ਇਹ ਕਹਦੇ ਆ ਰਹੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਦਲੀ ਜਿਹੜੀ ਬੇਅਦਬੀ ਬਰਗਾੜੀ ਕੰਨ ਤੇ ਅਸੀਂ ਉੱਥੇ ਫੋਟ ਕਿਵੇਂ ਪਾ ਦਈਏ ਫਿਰ ਸਾਨੂੰ 15 ਦੇ ਵਿੱਚ ਅਸੀਂ ਰਿਜ਼ਾਇਨ ਦਿੱਤੇ ਉਦੋਂ ਦੇ ਫਿਰ ਤਾਂ ਸਾਡਾ ਸਾਰਾ ਕੁਝ ਸੁਆਹ ਹੋ ਜਣਾ ਸੀਗਾ ਤੇ ਅਸੀਂ ਨਾਲੇ ਜੋ ਜੋ ਮੈਂ ਤਾਂ ਦੇਖੋ ਵਿਦੇਸ਼ਾਂ ਦੇ ਵਿੱਚ ਇੱਕ ਦੋ ਚੈਨਲਾਂ ਤੇ ਗੱਲ ਹੋਈ ਪਹਿਲਾਂ ਮੈਂ ਉਹਨਾਂ ਨੂੰ ਓਪਨ ਕਹਿਤਾ ਸੀਗਾ ਮੈਂ ਕਹਿੰਦਾ ਇੱਕ ਹਫਤਾ ਪਿਆ ਤੁਸੀਂ ਮੈਨੂੰ ਦੱਸ ਦੋ ਮੈਨੂੰ ਕੀ ਕਰਨਾ ਚਾਹੀਦਾ ਤੇ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਜੋ ਤੁਹਾਡੀ رائے ਹੋਊਗੀ ਮੈਂ ਉਹਦੇ ਮੁਤਾਬਕ ਆਪਣਾ ਤੁਰ ਲੂੰਗਾ ਪਰ ਮੈਨੂੰ ਕਿਸੇ ਦਾ ਆਇਆ ਹੀ ਨਹੀਂ ਹੈ ਫੋਨ ਬਾਦਲ ਵੱਲੋਂ ਕੋਈ ਤੁਰਨ ਸੁਣਨਾ ਨਹੀਂ ਚਾਹੁੰਦਾ ਹੈਗਾ ਤੁਰਨਾ ਤਾਂ ਇੱਕ ਪਾਸੇ ਰਹੇਗਾ। ਇਸ ਲਈ ਮੈਂ ਤਾਂ ਜੋ ਕੁਝ ਵੀ ਹੈ ਮੈਨੂੰ ਇਹਦਾ ਅਫਸੋਸ ਨਹੀਂ ਹੈਗਾ ਸਾਨੂੰ ਫਕਰ ਹੈ ਤੇ ਅਸੀਂ ਲੜਾਈ ਜਿਹੜੀ ਹੈ ਲੜੀ ਹੈ ਤਕੜੇ ਹੋ ਕੇ ਲੜੀ ਹੈ ਅੱਗੇ ਇੱਕ ਮੈਂ ਇੱਕ ਸੀਗਾ ਤੇ ਹੁਣ ਅਸੀਂ ਤਿੰਨ ਹੋਏ ਤੇ ਅੱਗੇ ਇਹਨਾਂ ਸੱਤਾਂ ਸਾਲਾਂ ਵਿੱਚ ਕੇ ਵੀ ਜੇ ਅਸੀਂ ਬੜਾ ਅਪ ਐਂਡ ਆਨ ਸਟੇਅ ਦੇਖਿਆ। ਅਸੀਂ ਪਹਿਲੀ ਵਾਰ ਤੁਰੇ ਭੌਰ ਸਾਹਿਬ ਤੇ ਅਸੀਂ ਜਦੋਂ 24 ਮੈਂਬਰ ਸੀ ਚਲੋ ਭੱਜ ਉਹ ਇਲੈਕਸ਼ਨ ਤੋਂ ਪਹਿਲਾਂ ਭੱਜ ਗਏ ਅਸੀਂ 13 ਰਹਿ ਗਏ ਸਾਨੂੰ ਇੱਕ ਇੱਕ ਜੈਕਟ ਬਾਈ ਉਸ ਤੋਂ ਅਗਲੇ ਸਾਲ ਅਸੀਂ ਬਹੁਤ ਹੀ ਘਟ ਗਈ ਸੀ ਅਸੀਂ 7 ਜਣੇ ਰਹਿ ਗਏ ਸੀ ਠੀਕ ਆ ਤੇ ਅਸੀਂ ਲੱਗਿਆ ਵੀ ਅਸੀਂ ਇਲੈਕਸ਼ਨ ਦੀ ਕਪੈਸਿਟੀ ਵਿੱਚ ਵੀ ਨਹੀਂ ਹੈਗੇ ਚਲੋ ਉਦੋਂ ਅਸੀਂ ਕੁਝ ਮਸਲਾ ਸੀਗਾ ਜਸਟਿਸ ਸੰਜੀਤ ਸਿੰਘ ਦੀ ਰਿਪੋਰਟ ਦਾ ਬਾਈਕਟ ਕੀਤਾ ਅੱਗੇ ਢੀਂਡ ਸਾਹਿਬ ਆ ਗਏ ਫਿਰ ਅਸੀਂ 19 ਵੀ ਹੋ ਗਏ ਉਸ ਤੋਂ ਬਾਅਦ 19 ਦੇ ਵਿੱਚ ਵੀ ਜਦੋਂ ਸਾਡਾ ਪ੍ਰਧਾਨ ਦਾ ਬੰਦਾ ਚੋਣ ਲੜਿਆ ਉਹਨਾਂ ਨੂੰ 19 ਵੋਟਾਂ ਪਈਆਂ ਤੇ ਜਨਰਲ ਸਕੱਤਰ ਦੀ ਚੋਣ ਉਸ ਇਲੈਕਸ਼ਨ ਦੇ ਵਿੱਚ ਮੈਂ ਲੜੀ ਸੀਗੀ ਤੇ ਮੈਨੂੰ ਮਤਲਬ ਚਾਰ ਵੋਟਾਂ ਜਿਹੜੀਆਂ ਬਦਲਦਲਦੀਆਂ ਵਧਗੀਆਂ ਸੀਗੀਆਂ ਕ੍ਰਾਸ ਬੋਟਿੰਗ ਉਦੋਂ ਵੀ ਹੋਈ ਚਾਰ ਪਈਆਂ ਮੈਨੂੰ ਮਤਲਬ ਉਹ ਇੱਕ ਉਦੋਂ ਸ਼ਾਇਦ ਇਹ ਸਮਝ ਹੀ ਨਹੀਂ ਹੈਗੇ ਇਹਨਾਂ ਨੂੰ ਇਹ ਲੱਗਦਾ ਸੀ ਹੁੰਦਾ ਨਹੀਂ ਪਰ ਇਹਨਾਂ ਨੂੰ ਇਹ ਸਮਝਣ ਲਈ ਚਾਰ ਵੋਟਾਂ ਉਸ ਟਾਈਮ ਕ੍ਰਾਸ ਹੋ ਗਈਆਂ ਸੀਗੀਆਂ ਜਨਰਲ ਸਕੱਤਰੀ ਦੇ ਉਹਦੇ ਤੇ ਕਰਨਲ ਸਿੰਘ ਪਜੂਲੀ ਦੇ ਖਿਲਾਫ ਮੈਂ ਇਲੈਕਸ਼ਨ ਲੜੀ ਜਨਰਲ ਸਕੱਤਰੀ ਦੀ ਉੱਤੇ ਇਨ ਹਾਊਸ ਤੇ ਮੈਂ ਉਹਦੇ ਵਿੱਚ ਗਿਆ ਸੋ ਕਹਿਣ ਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਦਾ ਜਿਹੜਾ ਕੋਈ ਨਹੀਂ ਅਸੀਂ ਤੇ ਅਸੀਂ ਕਦੇ ਡੋਲੇ ਨਹੀਂ ਤੇ ਨਾ ਪ੍ਰਮਾਤਮਾ ਕਿਰਪਾ ਕਰੇ ਕਿਉਂਕਿ ਜਦੋਂ ਤੁਸੀਂ ਗੱਲ ਦੇਖੋ ਸਿਧਾਂਤ ਦੀ ਕਰਨੀ ਆ ਮੈਂ ਤਾਂ ਇਹ ਵੀ ਮਹਿਸੂਸ ਕਰਦਾ ਨਾ ਵੀ ਐਗਜ਼ੈਕਟਿਵ ਮੈਂਬਰ ਹੁਆ ਮੈਂ ਤਾਂ ਵੀ ਪ੍ਰਮਾਤਮਾ ਦੀ ਕਿਰਪਾ ਗੱਲ ਕਰਦੇ ਸੀ ਤਾਂ ਵੀ ਸਮਰੱਥ ਹੈ ਤੇ ਜਦੋਂ ਪਹਿਲਾਂ ਐਗਜ਼ੈਕਟਿਵ ਨਹੀਂ ਸੀਗੀ ਫਿਰ ਉਦੋਂ ਕਿਹੜਾ ਗੱਲ ਨਹੀਂ ਸੀ ਕਰਦੇ ਜਗਾਹਾਂ ਨੂੰ ਨਹੀਂ ਹੋਊਗੀ ਫਿਰ ਕ ਗੱਲ ਬੰਦ ਹੋ ਜੂਗੀ ਤਜਰਬਾ ਹੁੰਦਾ ਜ਼ਿੰਦਗੀ ਦਾ ਇੱਕ ਆਖਰੀ ਸਵਾਲ ਜੀ ਨੌਜਵਾਨਾਂ ਨੂੰ ਕੋਈ ਕੀ ਕਹਿਣਾ ਚਾਹੋਗੇ ਦੇਖੋ ਅੱਜ ਸਮਾਂ ਇਸ ਤਰ੍ਹਾਂ ਦਾ ਸਾਡੇ ਸਾਹਮਣੇ ਆ ਗਿਆ ਕਿ ਨੌਜਵਾਨ ਵੀਰਾਂ ਨੂੰ ਹੁਣ ਸਮਝਣ ਦਾ ਵਕਤ ਆ ਕਿ ਅਸੀਂ ਆਪਣੀ ਕੌਮ ਦੀ ਹੋਂਦ ਨੂੰ ਜਿਹੜਾ ਕਿਸ ਤਰੀਕੇ ਨਾਲ ਬਚਾਉਣਾ ਕਿਉਂਕਿ ਜੇ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਜਾਂ ਖਾਸ ਕਰਕੇ ਪਤਿਤਪਣੇ ਦੇ ਵਿੱਚ ਰਹਿਣਗੇ ਤਾਂ ਕਦੇ ਵੀ ਸ਼੍ਰੋਮਣੀ ਕਮੇਟੀ 'ਚ ਵੋਟ ਨਹੀਂ ਪਾ ਸਕਣਗੇ ਤਾਂ ਜੇ ਇਹ ਇਸੇ ਤਰ੍ਹਾਂ ਬਾਦਸਤੂਰ ਜਾਰੀ ਰਿਹਾ ਤਾਂ ਫਿਰ ਸਾਡੀ ਇਸ ਜਿਹੜੀ ਮਹਾਨ ਸੰਸਥਾ ਜਿਹਨੂੰ ਸਿੱਖਾਂ ਨੇ ਆਪਣੇ ਲਹੂ ਦੇ ਨਾਲ ਦੇ ਕੇ ਸੰਜਿਆ ਕਦੇ ਹਿਸਟਰੀ ਪੜੋ ਕਿ ਛੋਟੇ ਬੱਚੇ ਦੀ ਵੀ ਕੁਰਬਾਨੀ ਨਨਕਾਣਾ ਸਾਹਿਬ ਦੇ ਵਿੱਚ ਹੋਈ ਆ ਔਰ ਬਲਕੇ ਉਸ ਬੱਚੇ ਨੂੰ ਲੁਕੋਦਤਾ ਸੀ ਉਸ ਜਥੇ ਨੇ ਕਿ ਚਲੋ ਅਸੀਂ ਤਾਂ ਹੁਣ ਇਹਨਾਂ ਨਾਲ ਲੜ ਮਰਨਾ ਤੇ ਉਹਨੂੰ ਉਹਨੇ ਆਵਾਜ਼ ਮਾਰੀ ਕਿ ਮੈਂ ਵੀ ਕੁਰਬਾਨ ਹੋਣਾ ਚਾਹੁੰਨਾ ਤੋਂ ਅਸੀਂ ਮਾਤੇ ਸੋਚੀਏ ਕਿ ਜਦੋਂ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਜਾ ਕੇ ਕੁਰਸੀਆਂ ਤੇ ਬਹਿਨੀ ਆ ਤਾਂ ਉੱਥੇ ਉਹਨਾਂ ਸਿੱਖਾਂ ਦਾ ਲਹੂ ਆ ਮੈਂ ਤਾਂ ਇਹ ਸੋਚਦਾ ਹੁੰਨਾ ਸੋ ਇਸ ਲਈ ਇਹ ਹੁਣ ਵਕਤ ਆ ਗਿਆ ਕਿ ਨੌਜਵਾਨ ਵੀਰਾਂ ਨੂੰ ਉੱਠਣਾ ਪਊਗਾ ਤੋਂ ਅਸੀਂ ਠੀਕ ਆ ਗੱਲ ਕਰਦੇ ਆ ਕਰਦੇ ਰਹਿਣਾ ਸਾਡਾ ਹਮਕੂਕਰ ਤੇਰਾ ਦਰਬਾਰ ਪਉ ਕਹੇ ਅਗਾ ਬਦਨ ਪੁਸਾਰ ਤੇ ਪਰ ਇਹ ਕੋਈ ਜਿਹੜੀ ਲੜਾਈ ਆ ਕੋਈ ਇੱਕ ਜਾਂ ਦੋ ਬੰਦਿਆਂ ਦੇ ਜਾਂ ਭਾਈ ਰਣਜੀਤ ਸਿੰਘ ਦੇ ਜਾਂ ਕਿਸੇ ਹੋਰ ਦੇ ਨਹੀਂ ਇਹ ਕੌਮ ਦੀ ਲੜਾਈ ਆ ਕਿਉਂਕਿ ਬੰਦੇ ਨੇ ਸਦਾ ਰਹਿਣਾ ਨਹੀਂ ਬੰਦੇ ਦਾ ਕੋਈ ਪਤਾ ਨਹੀਂ ਸੰਸਥਾਵਾਂ ਨੇ ਤੇ ਸਿਧਾਂਤਾਂ ਨੇ ਸਦਾ ਰਹਿਣਾ ਸੋ ਇਸ ਲਈ ਅਸੀਂ ਆਪਣੇ ਵਕਤ ਦੇ ਵਿੱਚ ਜੋ ਕੁਝ ਵੀ ਸਾਨੂੰ ਪਰਮਾਤਮਾ ਨੇ ਸਮਾਂ ਦਿੱਤਾ ਉਹਨੂੰ ਸਹੀ ਤਰੀਕੇ ਨਾਲ ਉਹਦਾ ਯੂਜ਼ ਕਰੀਏ ਤਾਂ ਮੈਨੂੰ ਲੱਗਦਾ ਕਿ ਇਹ ਨੌਜਵਾਨਾਂ ਨੂੰ ਹੁਣ ਸਮਝਦਾ ਬੇੜਾ ਜਿਹੜਾ ਬੇੜਾ ਸਾਡੇ ਸਾਹਮਣੇ ਆ ਤੋ ਜਿਸ ਤਰ੍ਹਾਂ ਦੀ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਅਸੀਂ ਤਾਂ ਹੀ ਇਹ ਦੋ ਸਰ ਕਰ ਸਕਦੇ ਚਲੋ ਬਹੁਤ ਧੰਨਵਾਦ ਤੁਹਾਡਾ ਤੁਸੀਂ ਵਕਤ ਕੱਢਿਆ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਗੁਰਪ੍ਰੀਤ ਸਿੰਘ ਰੰਦਾਵਾਲੇ ਜਿਹੜੇ ਕਿ ਸਿੱਖ ਪ੍ਰਚਾਰਕ ਵੀ ਨੇ ਐਸਸੀਪੀਸੀ ਮੈਂਬਰ ਵੀ ਨੇ ਅੰਤਰੀ ਕਮੇਟੀ ਵਿੱਚ ਲਗਾਤਾਰ ਦੂਜੀ ਵਰ੍ਹੇ ਸ਼ਾਮਲ ਹੋਏ ਹੈ ਤੇ ਲਗਾਤਾਰ ਪੰਥਕ ਮੁੱਦਿਆਂ ਦੇ ਉੱਤੇ ਗੱਲ ਕਰਦੇ ਰਹਿੰਦੇ ਆ ਤੇ ਉਹਨਾਂ ਤੋਂ ਅਸੀਂ ਸਾਰੇ ਸਵਾਲਾਂ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਉਹਨਾਂ ਨੇ ਸਨੇਹ ਦਿੱਤੇ ਆ ਉਹ ਸਨੇਹਾ ਦੇ ਵਿਚਾਰੇ ਇਸ ਸਮਝਣੀ ਜ਼ਰੂਰ ਥੇ ਕਿ ਕਿ ਐਸਸੀਪੀਸੀ ਬਹੁਤ ਵੱਡੀ ਤੇ ਸਿਰਮੌਰ ਸੰਸਥਾ 100 ਸਾਲ ਦਾ ਦਾ ਇਤਿਹਾਸ ਹੈ ਤੇ ਉਸ ਇਤਿਹਾਸ ਦੇ ਵਿਚਾਲੇ ਜੇ ਆਵਾਜ਼ ਨਾ ਚੁੱਕੀ ਗਈ ਤਾਂ ਫਿਰ ਹਿਸਟਰੀ ਜਿਹੜੀ ਇਤਿਹਾਸ ਉਹ ਮਾਫ ਨਹੀਂ ਕਰੇਗਾ ਬਹੁਤ ਧੰਨਵਾਦ